ਸੋ ਪਗਬੰਦ ਰਾਮਦਾਸ ਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮਹ ਅਮਰਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤ ਗੁਰ ਮਮ 베ਰੀ ਕਟ ਹੋ ਨੇਤ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰਪਾਰ ਇਕੰਕਾਰ ਸਤ ਗੁਰੂ ਤੇਹ ਪ੍ਰਸਾਦ ਸਚ ਹੋਏ ਵਾਹੇ ਗੁਰੂ ਜੀ ਕੀ ਫਤਹ ਹੈ ਬਿਗਨ ਬਿਨਾਸ਼ਨ ਸੋਏ ਤਨ ਤਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰਾਥ ਗੁਰੂ ਪ੍ਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰ ਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਭ ਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਤਨ ਤਨ ਧਨ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੱਜ ਕੇ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜੀ ਦੇ ਪਾਵਨ ਪਵਿੱਤਰੇ ਸਥਾਨ ਵਿਖੇ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਵਿਚਾਰ ਸਰਵਣ ਕਰਨ ਵਾਸਤੇ ਸੱਜੀ ਹੋਈ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਪਾਤਸ਼ਾਹ ਗਰੀਬ ਨਵਾਜ਼ ਅੰਤਰਜਾਮੀ ਤਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਲੜੀਬਾਤ ਕਥਾ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਧੰ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਸਰਬ ਕਲਾ ਸਮਰੱਥ ਹਨ। ਸੱਚੇ ਪਾਤਸ਼ਾਹ ਮਹਾਰਾਜ ਭਾਈ ਲਹਿਣਾ ਜੀ ਦੀ ਪਰਖਿਆ ਲੈ ਰਹੇ ਹਨ। ਭਾਵੇਂ ਮਹਾਰਾਜ ਜੀ ਨੂੰ ਪਤਾ ਵੀ ਗੁਰਤਾ ਗੱਦੀ ਦੇ ਮਾਲਕ ਇਹ ਹਨ। ਸੰਸਾਰ ਦੇ ਵਿੱਚ ਪਤਾ ਲੱਗ ਜਾਵੇ। ਕਿਸ ਪ੍ਰੀਖਿਆ ਕਿਵੇਂ ਦੇਣੀ ਤੇ ਕਿਵੇਂ ਪਾਸ ਹੋਣਾ ਇਹ ਮਹਾਰਾਜ ਪੂਰਨਾ ਪਾ ਰਹੇ ਹੈ ਸੇਵਾ ਕਿਸ ਤਰੀਕੇ ਨਾਲ ਕਰਨੀ ਹੈ ਕਿਵੇਂ ਮਨ ਨੂੰ ਨੀਵੀਆਂ ਰੱਖ ਕੇ ਗੁਰੂ ਘਰ ਵਿੱਚ ਸੇਵਾ ਕਰਨ ਵਾਲਿਆਂ ਨੂੰ ਵਡਿਆਈਆਂ ਪ੍ਰਾਪਤ ਹੁੰਦੀਆਂ ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਪੂਰਨਾ ਪਾ ਰਹੇ ਹੈ ਅੱਧੀ ਰਾਤ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਲਾ ਸਕਾਉਣ ਵਾਸਤੇ ਆਖਿਆ ਉਹ ਵੀ ਸਕਾਇਆ ਹੋਰ ਬੜੇ ਪ੍ਰਕਾਰ ਦੀ ਸੇਵਾ ਤੁਸੀਂ ਸੁਣਿਆ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਆਇਆ ਵੀ ਲੈਣਾ ਜੀ ਨੂੰ ਕਿਉਂ ਬਧੇਰੇ ਪਿਆਰ ਹੈ ਉਸ ਸਮਾਂ ਪੁੱਛਣ ਤੋਂ ਦ੍ਰਿਸ਼ਟਾਂਤ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਸਮਝਾਇਆ ਬਹੁਤ ਕੁਝ ਹੋਇਆ ਬਹੁਤ ਕੁਝ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਲੈਣਾ ਜੀ ਤੇ ਪੂਰਨ ਪ੍ਰਸੰਨ ਹਨ ਸਾਰਿਆਂ ਦੇ ਮਨ ਜਿਹੜੇ ਆ ਉਹ ਮੰਨ ਗਏ ਆ ਤੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇੱਕ ਦਿਨ ਰਾਵੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਜਦੋਂ ਮਹਾਰਾਜ ਰਾਵੀ ਵਿੱਚ ਇਸ਼ਨਾਨ ਕਰਨ ਵਾਸਤੇ ਵਿੱਚ ਖਲੋ ਗਏ ਭਾਈ ਲੈਣਾ ਜੀ ਬਾਦ ਮਹਾਰਾਜ ਜੀ ਦੇ ਬਸਤਰ ਲੈ ਕੇ ਬੈਠੇ ਹੈ ਨੇਤਰ ਬੰਦ ਹੋ ਗਏ ਮਨ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਵਸਿਆ ਹੋਇਆ ਤੇ ਬੰਦ ਨੇਤਰਾਂ ਵਿੱਚ ਮਹਾਰਾਜ ਦੇ ਦਰਸ਼ਨ ਹੋਉਂਦੇ ਹੈ ਜਦੋਂ ਪ੍ਰੇਮੀ ਪਿਆਰ ਕਰਦਾ ਹੈ ਕੋਈ ਆਮ ਕਹਿ ਬੰਦੇ ਨਾਲ ਪਿਆਰ ਹੋ ਜੇ ਸੰਗਤ ਜੀ ਜਦੋਂ ਬੰਦਾ ਆਪਣੀਆਂ ਅੱਖਾਂ ਬੰਦ ਕਰੇ ਉਹਦਾ ਹੀ ਚਿਹਰਾ ਨਜ਼ਰ ਆਉਂਦਾ ਉਹਨੂੰ ਅਰੇ ਉਹ ਮਨੁੱਖ ਵੀ ਆਮ ਹੁੰਦਾ ਹੈ ਨਾ ਉਹਦੀ ਕੋਈ ਤਾਕਤ ਨਾ ਉਹਦੀ ਕੋਈ ਸਮਰੱਥਾ ਤੇ ਸੱਚੇ ਪਾਤਸ਼ਾਹ ਤੇ ਬਹੁਤ ਵੱਡੇ ਹੈ ਜੀ ਬਹੁਤ ਵੱਡੇ ਹੈ ਭਾਈ ਲੈਣਾ ਜਿਹਨੂੰ ਮਹਾਰਾਜ ਜੀ ਦੇ ਅੰਦਰ ਅੰਦਰ ਦਰਸ਼ਨ ਹੁੰਦੇ ਆ ਮਹਾਰਾਜ ਦਰਿਆ ਵਿੱਚੋਂ ਬਾਹਰ ਨਿਕਲ ਕੇ ਬਾਦ ਖਲੋਤੇ ਹੈ ਬਸਤਰ ਲੈਣਾ ਜੀ ਦੇ ਕੋਲ ਨੇ ਪਰ ਲੈਣਾ ਜੀ ਨੇ ਨੇਤਰ ਬੰਦ ਕੀਤੇ ਇੱਕ ਰਸ ਬੈਠੇ ਆਨੰਦ ਲੈਣ ਦੇ ਗੁਰੂ ਮੇਰ ਕਰੇ ਸੰਗਤ ਜੀ ਇਸ ਆਨੰਦ ਦਾ ਚਲਕਾਰਾ ਇਸ ਆਨੰਦ ਦਾ ਕਿਣਕਾ ਮਹਾਰਾਜ ਸਾਡੀ ਝੋਲੀ ਵਿੱਚ ਵੀ ਪਾਉਣ ਸੱਚੇ ਬਾਦਸ਼ਾਹ ਮਹਾਰਾਜ ਨੇ ਵੇਖਿਆ ਵੀ ਲੈਣਾ ਜੀ ਤੇ ਮगन ਹੋਏ ਪਏ ਐ ਮਹਾਰਾਜ ਗਰੀਬ ਨਿਵਾਜ ਜੀ ਨੇ ਅੰਦਰ ਵਾਲਾ ਸਰੂਪ ਅਲੋਪ ਕੀਤਾ ਉਸੇ ਵळे ਵਿਆਕੁਲ ਹੋ ਕੇ ਲੈਣਾ ਜੀ ਨੇ ਨੇਤਰ ਖੋਲੇ ਸਾਹਮਣੇ ਮਹਾਰਾਜ ਦੇ ਦਰਸ਼ਨ ਕੀਤੇ ਸੋ ਇਥੋਂ ਤੱਕ ਆਪਾਂ ਕਥਾ ਸਰਵਣ ਕੀਤੀ ਸੀ ਹੁਣ ਸੰਗਤ ਜੀ ਅੱਗੇ ਕਥਾ ਹੋਣੀ ਹੈ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਆਪਾਂ ਕਥਾ ਸਰਵਣ ਕਰੀਏ ਧਰੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਰੋ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਥਾ ਸੁਣਨ ਲੱਗੇ ਆ ਇਹ ਕਥਾ ਸਾਡੇ ਜੀਵਨ ਦਾ ਅੰਗ ਬਣੇ ਸਾਡੇ ਹਿਰਦੇ ਵਿੱਚ ਇਸ ਕਥਾ ਦਾ ਵਾਸਾ ਹੋਵੇ ਸੱਚੇ ਪਾਤਸ਼ਾਹ ਆਪ ਸਾਡੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਦਇਆ ਕਰੋ ਆਓ ਹੁਣ ਪਿਆਰ ਨਾਲ ਕਥਾ ਸਰਵਣ ਕਰੀਏ ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਹੱਥ ਬਾਂਦ ਕੈ ਕੀਨ ਪਰਣਾਮ ਜਦੋਂ ਮਹਾਰਾਜ ਗਰੀਬ ਨਵਾਜ਼ ਜੀ ਨੇ ਲੈਣਾ ਜੀ ਨੂੰ ਦਰਸ਼ਨ ਦਿੱਤੇ ਹੱਥ ਜੋੜ ਕੇ ਭਾਈ ਲੈਣਾ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਲੈ ਨਿਜ ਸੰਗ ਚੱਲੇ ਸੁਖ ਧਮ ਮਹਾਰਾਜ ਸੱਚੇ ਪਾਤਸ਼ਾਹ ਭਾਈ ਲੈਣਾ ਜੀ ਨੂੰ ਨਾਲ ਲੈ ਕੇ ਤੇ ਤੁਰ ਪਏ ਅੱਗੇ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਬੜੇ ਪਿਆਰ ਨਾਲ ਪਿੱਛੇ ਪਿੱਛੇ ਭਾਈ ਲੈਣਾ ਜੀ ਧੁਰ ਰੇ ਹੈ ਹਾਂਜੀ ਧਰਮਸਾਲ ਮਹ ਆਨ ਬਿਰਾਜੇ ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧਰਮਸ਼ਾਲਾ ਵਿੱਚ ਆ ਕੇ ਸੱਜ ਗਏ ਸ੍ਰੀ ਕਰਤਾਰpur ਸਾਹਿਬ ਦੇ ਵਿੱਚ ਹਾਂਜੀ ਜੋ ਸਿਖਨ ਕੇ ਸਭ ਸੁਖ ਛਾਜੇ ਸਿੱਖਾ ਨੂੰ ਹਰ ਪ੍ਰਕਾਰ ਦਾ ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਆ ਕੇ ਧਰਮਸ਼ਾਲਾ ਵਿੱਚ ਸੱਜ ਗਏ ਜੀ ਹਾਂਜੀ ਲਹਿਣ ਕਾ ਬਿਠਾਏ ਤਿਹ ਕਾਲਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਭਾਈ ਲੈਣਾ ਜੀ ਨੂੰ ਆਪਣੇ ਕੋਲ ਬਿਠਾ ਲਿਆ ਜੀ ਹਾਂਜੀ ਸੰਗਤ ਸਰਬ ਬੁਲਾਏ ਵਿਸਾਲਾ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਪਹਿਲਾਂ ਹੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚੀ ਸੀ ਹੋਰ ਸੰਗਤ ਮਹਾਰਾਜ ਨੇ ਸੱਦ ਲਈ ਜੀ ਭਾਈ ਲੈਣਾ ਜੀ ਨੂੰ ਆਪਣੇ ਕੋਲ ਬਿਠਾਇਆ ਤੇ ਬਹੁਤ ਸੰਗਤ ਮਹਾਰਾਜ ਜੀ ਨੇ ਸੱਦ ਲਈ ਦੀ ਹਾਂਜੀ ਦੋਨੋਂ ਸਤਕੋ ਨਿਕਟ ਹਕਾਰਾ ਮਹਾਰਾਜ ਗਰੀਬ ਨਵਾਜ਼ ਜੀ ਤੇ ਦੋਵੇਂ ਸਹਿਬਜ਼ਾਦੇ ਬਾਬਾ ਸ੍ਰੀ ਚੰਦਰ ਜੀ ਬਾਬਾ ਲਖਮੀ ਦਾਸ ਜੀ ਉਹਨਾਂ ਨੂੰ ਵੀ ਮਹਾਰਾਜ ਜੀ ਨੇ ਸੰਗਤ ਵਿੱਚ ਸੱਦਿਆ ਹਾਂਜੀ ਆਏ ਤਬੈ ਧਰਮ ਸਾਲ ਮਝਾਰਾ ਮਹਾਰਾਜ ਜੀ ਦੇ ਦੋਵੇਂ ਸਹਿਬਜ਼ਾਦੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਤਰ ਮਸ਼ਾਲਾ ਦੇ ਵਿੱਚ ਆਏ ਹਨ ਹਾਂਜੀ ਲਹਿਣੇ ਕੋ ਕਰुणा ਜੁਤ ਹੈਰਾ ਬਾਬਾ ਬੁੱਢਾ ਜੀ ਭਾਈ ਜੋਤ ਜੀ ਬੜੇ ਬੜੇ ਸਿੱਖ ਭਾਈ ਸੁਧਾਰਨ ਜੈਸੇ ਸਿੱਖ ਮਹਾਰਾਜ ਜੀ ਦਾ ਪਰਿਵਾਰ ਪਤਾ ਨਹੀਂ ਹੋਰ ਬੜੇ ਬੜੇ ਪਿਆਰੇ ਗੁਰੂ ਦੇ ਪਿਆਰੇ ਸਾਰੇ ਬੈਠੇ ਐ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲੈਣਾ ਜੀ ਦੇ ਵੱਲ ਮੇਰ ਦੀ ਦ੍ਰਿਸ਼ਟੀ ਨਾਲ ਵੇਖਿਆ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਿਆ ਹਾਂ ਜੀ ਲਈਏ ਪੰਜ ਪੈਸੇ ਇੱਕ ਨਾਲ ਹੀ ਰਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਤਾ ਕੀ ਕੀਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੈਣਾ ਜੀ ਬਾਹ ਫੜੀ ਤੇ ਅੱਜ ਤੱਕ ਐਸਾ ਨਹੀਂ ਸੀ ਹੋਇਆ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲੈਣਾ ਜੀ ਨੂੰ ਆਪਣੇ ਤਖਤ ਤੇ ਬਿਠਾ ਦਿੱਤਾ ਜੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖਤ ਤੇ ਬਿਠਾ ਦਿੱਤਾ ਤੇ ਲਈਏ ਪੰਜ ਪੈਸੇ ਇੱਕ ਨਿਆਰੇਲਾ ਸਾਧ ਸੰਗਤ ਜੀ ਦੱਸਦੇ ਆ ਕਹਿੰਦੇ ਆ ਇੱਕ ਨਾਰੀਅਲ ਤੇ ਪੰਜ ਪੈਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਏ ਹਾਂਜੀ ਕੀਨ ਪਰਦਸ਼ਨ ਤੀਨ ਚੁਫੇਰੇ ਕੋ ਮਹਾਰਾਜ ਨੇ ਤਖਤ ਤੇ ਬਿਠਾ ਕੇ ਪੰਜ ਪੈਸੇ ਤੇ ਨਾਰੀਅਲ ਆਪਣੇ ਹੱਥ ਵਿੱਚ ਪਕੜ ਕੇ ਲੈਣਾ ਜੀ ਦੀ ਪ੍ਰਕਰਮਾ ਕੀਤੀ ਜੀ ਤੁਸੀਂ ਅੰਦਾਜ਼ਾ ਲਾਓ ਜੀ ਦੀ ਸਤਿਗੁਰੂ ਪ੍ਰਕਰਮਾ ਕਰਨ ਗੁਰੂ ਨਾਨਕ ਸਾਹਿਬ ਆਪ ਨਿਰੰਕਾਰ ਆਪ ਪਰਮੇਸ਼ਰ ਉਹ ਕੀ ਹੋਣਗੇ ਜੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਰਮਾ ਕੀਤੀਆਂ ਇੱਕ ਪ੍ਰਕਰਮਾ ਕੀਤੀ ਦੋ ਕੀਤੀ ਫਿਰ ਤੀਜੀ ਪ੍ਰਕਰਮਾ ਵੀ ਸੰਪੂਰਨ ਕੀਤੀ ਕਰਤੇ ਧਰ ਕੈ ਭੇਟ ਅਗੇਰੇ ਫਿਰ ਤਿੰਨ ਪ੍ਰਦਖਣਾ ਕਰਕੇ ਪ੍ਰਕਰਮਾ ਕਰਕੇ ਤੇ ਸਾਥ ਸੰਗਤ ਜੀ ਹੱਥਾਂ ਦੇ ਨਾਲ ਆਪਣੇ ਪਵਿੱਤਰ ਕਰ ਕਮਲਾ ਨਾਲ ਪੰਜ ਪੈਸੇ ਤੇ ਨਾਰੀਗਲ ਗੁਰੂ ਨਾਨਕ ਸਾਹਿਬ ਜੀ ਨੇ ਲੈਣਾ ਜੀ ਦੇ ਅੱਗੇ ਰੱਖ ਤੇ ਜੀ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾਂ ਕਰਨੀਆਂ ਸਿਖਾਓ ਹਾਂਜੀ ਹਾਥ ਜੋਰ ਕੈ ਸੀਸ ਨਿਵਾਇਓ ਫਿਰ ਕੀ ਕੀਤਾ ਜੀ ਅੱਗੇ ਰੱਖ ਕੇ ਪੰਜ ਪੈਸੇ ਤੇ ਨਾਰੀਗਲ ਦੇ ਭਾਈ ਲੈਣਾ ਜੀ ਦੇ ਅੱਗੇ ਗੁਰੂ ਨਾਨਕ ਸਾਹਿਬ ਨੇ ਹੱਥ ਜੋੜ ਕੇ ਮੱਥਾ ਟੇਕ ਦਿੱਤਾ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਭਾਈ ਲੈਣਾ ਜੀ ਦੇ ਅੱਗੇ ਗੁਰੂ ਨਾਨਕ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ ਜੀ ਹਾਂਜੀ ਲੈਣਾ ਪਿਖ ਡਰਿਓ ਬਿਸਮਾਇਓ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮੱਥਾ ਟੇਕਿਆ ਪਿਆਰਿਓ ਜਿਸ ਮਾਲਕ ਦੇ ਚਰਣਾ ਵਿੱਚ ਰਹਿ ਕੇ ਆਨੰਦ ਮਾਣਿਆ ਜਿਸ ਮਾਲਕ ਦੇ ਚਰਣਾ ਵਿੱਚ ਰਹਿ ਕੇ ਆ ਤੁਮਕ ਹੁਲਾਰੇ ਪ੍ਰਾਪਤ ਕੀਤੇ ਜਿਸ ਮਾਲਕ ਦੇ ਚਰਣਾ ਵਿੱਚ ਰਹਿ ਕੇ ਸੇਵਾ ਕੀਤੀ ਉਹ ਗੁਰੂ ਨਾਨਕ ਸਾਹਿਬ ਜਦੋਂ ਸਿੱਖ ਦੇ ਚਰਣਾ ਤੇ ਸਿਰ ਰੱਖ ਦੇਣ ਤੁਸੀਂ ਅੰਦਾਜ਼ਾ ਲਾਓ ਉਹਦੇ ਅੰਦਰ ਕੀ ਵਰਤੇਗਾ ਜੀ ਉਹਦੇ ਅੰਦਰ ਕੀ ਵਰਤੇਗਾ ਭਾਈ ਲੈਣਾ ਜੀ ਇੱਕਦਮ ਢਰ ਗਏ ਹੈ ਹੈਰਾਨ ਹੋ ਗਏ ਹੈ ਇਹ ਮਹਾਰਾਜ ਨੇ ਕੀ ਕੀਤਾ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਮੱਥਾ ਟੇਕ ਦਿੱਤਾ ਹਾਂਜੀ ਉਰ ਵਿਚਾਰ ਵਿਪਰੀਤ ਮਹਾਨਾ ਲੈਣਾ ਜੀ ਨੇ ਵਿਚਾਰ ਕੀਤੀ ਇਹ ਤੇ ਉਲਟ ਵੀ ਕੰਮ ਹੋ ਗਿਆ ਮੈਂ ਮੱਥਾ ਟੇਕਣਾ ਇਹਨਾਂ ਮੈਨੂੰ ਕਿਉਂ ਮੱਥਾ ਟੇਕਿਆ ਹਾਂਜੀ ਤੇ ਇਹ ਛਨ ਇਹ ਵਿਦ ਬਚਨ ਬਖਾਨਾ ਤੇ ਪਿਆਰਿਓ ਉਸੇ ਵੇਲੇ ਸਾਰੀ ਸੰਗਤ ਵਿੱਚ ਭਾਈ ਲੈਣਾ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਮਹਾਰਾਜ ਨੇ ਅਜੇ ਨਾਮ ਰੱਖਣਾ ਗੁਰੂ ਅੰਗਦ ਦੇਵ ਸਾਹਿਬ ਹਾਂਜੀ ਤੁਮ ਕਰਤਾ ਸਰਬ ਸਿਰ ਤਾਜ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪ ਕਰਤਾ ਪੁਰਖ ਆਪ ਪਰਮੇਸ਼ਰ ਤੇ ਮਹਾਰਾਜ ਤੁਸੀਂ ਸਾਰਿਆਂ ਦੇ ਸਿਰ ਤੇ ਤਾਜ ਉਹ ਸੱਚੇ ਪਾਤਸ਼ਾਹ ਪਰਮ ਪਰਮੇਸ਼ਰ ਸ੍ਰੀ ਮਹਾਰਾਜਾ ਮਹਾਰਾਜ ਤੁਸੀਂ ਆਪ ਪਰਮੇਸ਼ਰ ਹੋ ਆਪ ਮਹਾਰਾਜ ਰਾਜਿਆਂ ਦੇ ਰਾਜੇ ਮਹਾਰਾਜੇ ਹੋ ਮਹਾਰਾਜ ਜੈ ਸਤਨ ਕੋ ਤੁਮਨੇ ਸਿਰ ਨਿਆਇਓ ਤੇ ਮਹਾਰਾਜ ਜਿਸ ਸਰੀਰ ਨੂੰ ਤੁਸੀਂ ਮੱਥਾ ਟੇਕੋ ਹਾਂਜੀ ਉਚਿਤ ਬੜੇ ਦੁੱਖ ਮੈਂ ਲਖ ਪਾਇਓ ਉਸ ਸਰੀਰ ਨੂੰ ਤੇ ਦੁੱਖ ਹੋ ਜਾਣਾ ਚਾਹੀਦਾ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਇਤਿਹਾਸ ਵਿੱਚ ਇਹ ਵੀ ਬੋਲ ਆਉਂਦੇ ਐ ਭਾਈ ਲੈਣਾ ਜਿਨੇ ਕਹਿਤਾ ਸੀ ਜਿਨ੍ਹਾਂ ਚਰਨਾ ਤੇ ਤੁਸੀਂ ਸਿਰ ਝੁਕਾਇਆ ਉਹਨਾਂ ਨੂੰ ਕੋੜ ਹੋ ਜੇ ਮਹਾਰਾਜ ਗੱਦਕੇ ਆਖੋ ਵਾਹਿਗੁਰੂ ਵਾਹਿਗੁਰੂ ਕਿਉਂ ਕੋਈ ਵੀ ਭਾਵਨਾ ਵਾਲਾ ਸਿੱਖ ਜਿਹੜਾ ਉਹ ਗੁਰੂ ਕੋਲੋਂ ਆਪਣਾ ਸਤਕਾਰ ਨਹੀਂ ਕਰਾਏਗਾ ਸਿੱਖ ਨੇ ਸਤਗੁਰੂ ਜੀ ਦਾ ਸਤਕਾਰ ਕਰਨਾ ਸਿੱਖ ਨੇ ਕਰਨਾ ਹਾਂਜੀ ਦੋਹਰਾ ਸੁਣ ਕੇ ਸ੍ਰੀ ਗੁਰੂ ਤਬ ਕਹਿਓ ਕਿਰਪਾ ਰਸੀਲੇ ਨ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਸੁਣਿਆ ਵੀ ਲੈਣਾ ਜੀ ਨੇ ਪਾਵਨਾ ਦੇ ਵਿੱਚ ਬਚਨ ਕੀਤੇ ਪਾਵਨਾ ਦੇ ਵਿੱਚ ਹਾਂਜੀ purkha bas tu shan karho bahur na bolho ben ਮਹਾਰਾਜ ਕਹਿਣ ਲੱਗੇ purkha ਬਸ ਚੁੱਪੋ ਜਾ ਮਹਾਰਾਜ ਕਹਿਣ ਲੱਗੇ ਹੁਣ ਅੱਗੋਂ ਨਾ ਬੋਲੀ ਹੁਣ ਮੁਖੋਂ ਕੋਈ ਐਸਾ ਬਚਨ ਨਾ ਕਰੀ ਹਾਂਜੀ ਚਉਪਈ ਜੋ ਉਚਰੋ ਸੋ ਹੋਵੇ ਸਾਚੀ purkha ਅੱਜ ਤੋਂ ਬਾਅਦ ਤੁਸੀਂ ਜੋ ਵੀ ਆਪਣੇ ਮੁਖ ਤੋਂ ਬੋਲੋਗੇ ਸੱਚ ਹੋ ਜਾਇਆ ਕਰੇਗਾ ਸੱਚ ਹੋ ਜਾਇਆ ਕਰੇਗਾ ਹਾਂਜੀ ਪੋਨਾ ਅਸ ਕਰ ਹੋ ਨਾ ਗਿਰਾ ਉਹ ਬਾਚੀ ਇਸ ਕਰਕੇ ਅੱਜ ਤੋਂ ਬਾਅਦ ਦੁੱਖ ਵਾਲਾ ਆਪਣੇ ਪਰਥਾਏ ਬਚਨ ਨਹੀਂ ਕਰਨਾ ਆਪਣੇ ਪਰਥਾਏ ਬਚਨ ਨਹੀਂ ਕਰਨਾ ਜੇ ਹੁਣੇ-ਹੁਣੇ ਸਰੀਰ ਦੇ ਵਿੱਚ ਇੰਨੀ ਵੱਡੀ ਕ੍ਰਾਂਤੀ ਵਰਤੀ ਐਡੀ ਵੱਡੀ ਬਖਸ਼ਿਸ਼ ਆ ਕੇ ਟਿਕੀ ਐ ਹਾਂਜੀ ਆਇਸ ਮਨਹੁ ਆਸ ਮਤ ਮੇਰੋ ਮੇਰੀ ਇਹ ਮਤ رائے ਐ ਸਾਡੀ ਆਗਿਆ ਮੰਨੋ ਅੱਜ ਤੋਂ ਬਾਅਦ ਐਸਾ ਬਚਨ ਨਹੀਂ ਕਰਨਾ ਹਾਂਜੀ ਪਾ ਸਭ ਕੋ ਗੁਰ ਹੋਵੈ ਜਗ ਚੇਰੋ ਸਾਰੀ ਸੰਗਤ ਨੂੰ ਸੁਣਾ ਕੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜਗਤ ਦੇ ਗੁਰੂ ਆਪ ਪਰਮੇਸ਼ਰ ਆਪ ਮਾਲਕ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁਣਾ ਕੇ ਕਹਿਣ ਲੱਗੇ ਕਹਿੰਦੇ ਭਾਈ ਲੈਣਾ ਜੀ ਅੱਜ ਤੋਂ ਤੁਸੀਂ ਸਾਰੇ ਜਗਤ ਦੇ ਗੁਰੂ ਹੋ ਗੱਜ ਕੇ ਆਖੋ ਧੰ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਧੰ ਸੇਰੇ ਗੁਰੂ ਅੰਗਦ ਦੇਵ ਸਾਹਿਬ ਜੀਓ ਮਹਾਰਾਜ ਪਟ ਜੀ ਕਹਿੰਦੇ ਨਾ ਪਟ ਜੀ ਕਹਿੰਦੇ ਲਹਿਣਾ ਜਗਤਰ ਗੁਰ ਪਰਸ ਮੂਰਾਰ ਭਾਈ ਲੈਣਾ ਜੀ ਜਗਤ ਦੇ ਗੁਰੂ ਬਣੇ ਜਗਤ ਦੇ ਜੀ ਹਾਂਜੀ ਅੰਗਦ ਨਾਮ ਆਜਤੇ ਹੋਹੀ ਅੱਜ ਤੋਂ ਮਹਾਰਾਜ ਕਹਿ ਲਗੇ ਤੁਹਾਡਾ ਨਾਮ ਲੈਣਾ ਨਹੀਂ ਰਿਹਾ ਅੱਜ ਤੋਂ ਤੁਹਾਡਾ ਨਾਮ ਅੰਗਦ ਪੈ ਗਿਆ ਜਿੰਨੀ ਹੁਣ ਸੰਗਤ ਬੈਠੇ ਹਾਂ ਆਪਜੀ ਕਥਾ ਸੁਣ ਰਹੇ ਹਾਂ ਹਾਦਰੀ ਲਬਾਓ ਤੇ ਦੋਵੇਂ ਹੱਥ ਜੋੜ ਕੇ ਕਹੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਅੱਜ ਤੋਂ ਤੁਹਾਡਾ ਨਾਮ ਅੰਗਦ ਦੇਵ ਹੈ ਅੰਗਦ ਦੇਵ ਗੁਰੂ ਅੰਗਦ ਦੇਵ ਸਾਹਿਬ ਨਾਮ ਹੋਏਗਾ ਤੁਹਾਡਾ ਹਾਂਜੀ ਨਿਜ ਅੰਗਨ ਤੇ ਕੀਨੋ ਤੋਹੀ ਅਸੀਂ ਤੁਹਾਨੂੰ ਆਪਣੇ ਨਿੱਜੀ ਅੰਗਾਂ ਤੋਂ ਬਣਾਇਆ ਮਹਾਰਾਜ ਕਹਿਣ ਲੱਗੇ ਹਾਂਜੀ ਸਿਮਰਨ ਸਤ ਨਾਮ ਪ੍ਰਗਟਾਵੋ ਹੁਣ ਜਗਤ ਵਿੱਚ ਤੁਸੀਂ ਲੋਕਾਂ ਨੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੋੜਨਾ ਸੰਸਾਰ ਵਿੱਚ ਉਸ ਵਾਹਿਗੁਰੂ ਦੇ ਸੱਚੇ ਨਾਮ ਨੂੰ ਪ੍ਰਗਟ ਕਰਨਾ ਹਾਂਜੀ ਜਹ ਤਹ ਸਿੱਖੀ ਰੀਤ ਚਲਾਵੋ ਜਿੱਥੇ ਕਿੱਥੇ ਸਿੱਖੀ ਦੀ ਰੀਤੀ ਨੂੰ ਤੁਸੀਂ ਹੀ ਚਲਾਉਣਾ ਮਹਾਰਾਜ ਕਹਿਣ ਲੱਗੇ ਹਾਂਜੀ ਆਸਕ ਹੈ ਪ੍ਰਭ ਦੁਆਰੂਪ ਸੁਹਾਇਓ ਇਸ ਇਹ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਵੱਡਾ ਕਾਰਜ ਕੀਤਾ ਦੋਸ ਰੂਪ ਬਣ ਕੇ ਜੀ ਭਾਵ ਦੂਜਾ ਸਰੂਪ ਮਹਾਰਾਜ ਨੇ ਧਾਰਨ ਕਰ ਲਿਆ ਹਾਂਜੀ ਜਾਨਾ ਸ਼੍ਰੀ ਗੰਗ ਤੁਰੰਗ ਉਠਾਇਓ ਹਰ ਕੋਈ ਨਹੀਂ ਜਿਵੇਂ ਗੰਗਾ ਤੇ ਗੰਗਾ ਦੀ ਤਰੰਗ 'ਚ ਅੰਤਰ ਕੋਈ ਨਹੀਂ ਨਾ ਇਸੇ ਤਰਾਂ ਸੰਗਤ ਦੀ ਧੰ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ ਵਿੱਚ ਫਰਕ ਨਹੀਂ ਸਮਝਣਾ ਇੱਕੋ ਹੀ ਗੱਲ ਨੇ ਹਾਂਜੀ ਨੀਕੇ ਦਿਪਿਓ ਪ੍ਰਕਾਸ਼ ਵਿਸਾਲਾ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਹੋ ਬਸ ਸਾਧ ਸੰਗਤ ਬਚਨ ਕਰਨ ਦੀ ਦੇਰ ਸੀ ਲੈਣਾ ਜਿਹਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਕੋਈ ਥੋੜਾ ਜਿਹਾ ਨਾਮ ਜਪ ਲੇ ਨਾ ਅਭਿਆਸ ਕਰ ਲੇ ਤੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆ ਜਾਂਦਾ ਜੀ ਬੰਦੇ ਨੂੰ ਤੇ ਇਹ ਤੇ ਮਾਲਕ ਹੈ ਗੁਰਤਾ ਗੱਦੀ ਦੇ ਗੁਰੂਆਂ ਦੇ ਗੁਰੂ ਬਣ ਕੇ ਜੀ ਹਾਂਜੀ ਜਿਉਂ ਮਸ਼ਾਲ ਤੇ ਜਗੇ ਮਸਾਲਾ ਕਹਿੰਦੇ ਬਸ ਇਸੇ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਜਿਵੇਂ ਇੱਕ ਮਸ਼ਾਲ ਤੋਂ ਦੂਜੀ ਮਸ਼ਾਲ ਜਗ ਜਾਂਦੀ ਹੈ ਹਾਂਜੀ ਜਗਮਹ ਉਲਟੇ ਗੰਗ ਵਹਾਈ ਪਰ ਸੰਗਤ ਦੀ ਜਗਤ ਵਿੱਚ ਉਲਟੀ ਗੰਗਾ ਵਹਿ ਗਈ ਉਲਟੀ ਗੰਗਾ ਜੀ ਗੰਗਾ ਮਾਂ ਨੂੰ ਐਣੂ ਜਾ ਰਹੀ ਤਾਂ ਐਣੂ ਜਾਣ ਲੱਗ ਪਈ ਜੀ ਇਹਨੂੰ ਸਤਾਤੇ ਬਲਵੰਡ ਜੀ ਨੇ ਵੀ ਬਾਣੀ ਵਿੱਚ ਲਿਖਿਆ ਉਲਟੀ ਗੰਗ ਵਹਾਇਓਨ ਦੁਨਿਆਈ ਆਖੈ ਕਿ ਕਿਉਂ ਨ ਵੀ ਉਲਟੀ ਗੰਗਾ ਵਹਾਤੀ ਲੋਕ ਕਹਿੰਦੇ ਕੀ ਕੀਤਾ ਹਾਂ ਸਿੱਖ ਕੋ ਕਰ ਗੁਰ ਦੀ ਗੁਰ ਆਈ ਇਹ ਮਹਾਰਾਜ ਨੇ ਕੀਤਾ ਸਿੱਖ ਕੋ ਕਰ ਗੁਰ ਦੀ ਗੁਰ ਆਈ ਸਿੱਖ ਕੋ ਕਰ ਗੁਰ ਦੀ ਗੁਰ ਆਈ ਸਿੱਖ ਨੂੰ ਗੁਰੂ ਬਣਾ ਕੇ ਗੁਰਤਾ ਗੱਦੀ ਦੀ ਵਡਿਆਈ ਦੇ ਦਿੱਤੀ ਜੀ ਹਾਂਜੀ ਇਸ ਪ੍ਰਕਾਰ ਤਹਿ ਤਖਤ ਬਿਠਾਇਓ ਇਸ ਤਰੀਕੇ ਨਾਲ ਤਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਤਖਤ ਤੇ ਬਿਠਾਇਆ ਸੰਗਤ ਜੀ ਤਖਤ ਬਹੁਤ ਤਖਤੇ ਕੀ ਲਾਇਕ ਹਾਂਜੀ ਬਹਰੋ ਸਭ ਸੋਂ ਬਚਨ ਅਲਾਇਓ ਬਾਦ ਵਿੱਚ ਮਹਾਰਾਜ ਗਰੀਬ ਨਿਵਾਜ ਜੀ ਨੇ ਸਾਰਿਆਂ ਨਾਲ ਬਚਨ ਕੀਤਾ ਜੇ ਕੋ ਹੋਵੇ ਮੇਰੋ ਅਨੁਸਾਰੀ ਭਾਈ ਜੇ ਕੋਈ ਮੇਰਾ ਸਿੱਖ ਹੈ ਨਮੋ ਕਰੇ ਪਦ ਪਰ ਸਿਰ ਧਾਰੀ ਤੇ ਉਹ ਫਿਰ ਗੁਰੂ ਅੰਗਦ ਦੇਵ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਇਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕੇ ਮਹਾਰਾਜ ਕਹਿਣ ਲੱਗੇ ਸੰਗਤ ਜੀ ਜਿੱਥੇ-ਜਿੱਥੇ ਬੈਠੇ ਆਪੋ ਆਪਣੇ ਘਰਾਂ ਵਿੱਚ ਮਹਾਰਾਜ ਦੇ ਚਰਨਾਂ ਦਾ ਧਰੋ ਧਿਆਨ ਤੇ ਮੱਥਾ ਟੇਕ ਦਿਓ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਾਂਜੀ ਮਮ ਸਰੂਪ ਕੋ ਜੈ ਸਾ ਜਾਣੇ ਜਿਵੇਂ ਤੁਸੀਂ ਮੇਰੇ ਸਰੂਪ ਨੂੰ ਜਾਣਦੇ ਹੋ ਇਸੇ ਪ੍ਰਕਾਰ ਇਸੇ ਮਨ ਮੰਨ ਬਸ ਉਸੇ ਤਰ੍ਹਾਂ ਅੱਜ ਤੋਂ ਇਹਨਾਂ ਨੂੰ ਵੀ ਸਮਝਣਾ ਹੈ ਹਾਂਜੀ ਸੁਨ ਰਜਾਏ ਸਤ ਗੁਰ ਕੀ ਤਬਹੀ ਬਸ ਉਸੇ ਵੇਲੇ ਹੀ ਮਹਾਰਾਜ ਜੀ ਦਾ ਹੁਕਮ ਸੁਣ ਕੇ ਬੁੱਢੇ ਤੇ ਆਦਿਕ ਸਿੱਖ ਸਭ ਹੀ ਪਿਆਰਿਓ ਸਭ ਤੋਂ ਪਹਿਲਾ ਸਿੱਖ ਉਠਿਆ ਮੱਥਾ ਟੇਕਣ ਵਾਲਿਆਂ ਵਿੱਚੋਂ ਤਨਤਨ ਬਾਬਾ ਬੁੱਢਾ ਸਾਹਿਬ ਜੀ ਸਿੱਖਾਂ ਵਿੱਚੋਂ ਸਭ ਤੋਂ ਪਹਿਲਾ ਸਿਰ ਜਿਹੜਾ ਝੁਕਿਆ ਜਿਹੜਾ ਝੁਕਿਆ ਉਹ ਬਾਬਾ ਬੁੱਢਾ ਜੀ ਦਾ ਝੁਕਿਆ ਹੈ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਜਦੋਂ ਬਾਬਾ ਜੀ ਨੇ ਮੱਥਾ ਟੇਕ ਦਿੱਤਾ ਤੇ ਹੋਰ ਸਿੱਖ ਸੰਗਤਾਂ ਵੀ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਜੀ ਹਾਂਜੀ ਰੁਖ ਬਿ ਲੋਕ ਕੈ ਦੋਖ ਨਿਕੰਦਨ ਉਠ ਤਤਕਾਲ ਕੀ ਨ ਸਭ ਬੰਦਨ ਸਭ ਸਿੱਖ ਸੰਗਤਾਂ ਨੇ ਫਿਰ ਹੌਲੀ-ਹੌਲੀ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕੀਤੀ ਵੇਖੋ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਹੁਣ ਤਖਤ ਤੇ ਬੈਠ ਗਏ ਬਾਬਾ ਬੁੱਢਾ ਜੈਸੇ ਸਿੱਖ ਮਹਾਰਾਜ ਨੂੰ ਮੱਥਾ ਟੇਕੰਦਾ ਹੈ ਜੀ ਆਖੋ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਾਂਜੀ ਜੁਗਲ ਆਤਮ ਅਜ ਉਠੇ ਨਾ ਕੋਈ ਸਭ ਸਿੱਖ ਸੰਗਤਾਂ ਉੱਠੀਆਂ ਪਰ ਉਸ ਸਮੇਂ ਮਰਦ ਦੇ ਦੋ ਪੁੱਤਰ ਨਹੀਂ ਉੱਠੇ ਮੱਥਾ ਟੇਕਣ ਵਾਸਤੇ ਜੀ ਹਾਂਜੀ ਬੈਠੇ ਰਹੇ ਮਾਨ ਭਰ ਸੋਈ ਮਨ ਵਿੱਚ ਮਾਨ ਸੀਗਾ ਵੀ ਅਸੀਂ ਪੁੱਤਰ ਆ ਹਾਂਜੀ ਛੇਰੇ ਗੁਰ ਤਿੰਨ ਕੋ ਗਿਰਾ ਅਲਾਈ ਮਹਾਰਾਜ ਨੇ ਵੇਖਿਆ ਸਾਡੇ ਪੁੱਤਰ ਨਹੀਂ ਉੱਠੇ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਜੀ ਹਾਂਜੀ ਤੁਮ ਭੀ ਉਠ ਬੰਦੋ ਸਿਰ ਨਿਆਈ ਮਹਾਰਾਜ ਕਹਿੰਦੇ ਪਿਆਰਿਓ ਤੁਸੀਂ ਵੀ ਉਠੋ ਮੱਥਾ ਟੇਕੋ ਭਾਈ ਕਹਤ ਭਏ ਇਹ ਦਾਸ ਤੇਹਾਰਾ ਫਿਰ ਪੁੱਤਰ ਸੀ ਨਾ ਤੇ ਪੁੱਤਰ ਹੋਣ ਕਰਕੇ ਕਹਿਣ ਲੱਗੇ ਮਹਾਰਾਜੇ ਤੇ ਤੁਹਾਡੇ ਸੇਵਕ ਨੇ ਨੌਕਰ ਸਨ ਹਾਂਜੀ ਹਮ ਸੁਤ ਉਰਦ ਪਦ ਅਧਿਕਾਰਾ ਉੱਚੇ ਪਦ ਦੇ ਤੇ ਅਸੀਂ ਹੱਕਦਾਰ ਆ ਮਹਾਰਾਜੇ ਅਸੀਂ ਹੱਕਦਾਰ ਹਾਂ ਕਿਵੇਂ ਬਣਾ ਬੰਦਨਾ ਕਰਨੀ ਤੇ ਅਸੀਂ ਇਹਨਾਂ ਨੂੰ ਕੀਵੇਂ ਮੱਥਾ ਟੇਕੀਏ ਹਮਤੇ ਕਰੀ ਨਾ ਜਾਏ ਅਕਰਨੀ ਇਹ ਅਨੁਚਿਤ ਕੰਮ ਹੈ ਇਹ ਨਾ ਕਰਨ ਯੋਗ ਕੰਮ ਅਸੀਂ ਨਹੀਂ ਕਰ ਸਕਦੇ ਇਹ ਕਹੇ ਆਪਣੇ ਸਦਨ ਸਿਧਾਰੇ ਸੰਗਤ ਜੀ ਇਹ ਕਹਿ ਕੇ ਸਤਿਗੁਰੂ ਜੀ ਦੇ ਦੋਵੇਂ ਪੁੱਤਰ ਆਪਣੇ ਘਰ ਚਲੇ ਗਏ ਪਿਤ ਕਰ ਤਬ ਕੁਛ ਹਿਰਦੇ ਨਾ ਧਾਰੇ ਤੇ ਮਹਾਰਾਜ ਦੀ ਵੱਡੀ ਵਡਿਆਈ ਹਿਰਦੇ ਚ ਨਾ ਤਾਰਨ ਕੀਤੀ ਉਸ ਸਮੇਂ ਦੀ ਬਾਅਦ ਵਿੱਚ ਚੁਕੇ ਆ ਕੇ ਨਮਸਕਾਰਾਂ ਵੀ ਕੀਤੀਆਂ ਨੇ ਪਰ ਉਸ ਸਮੇਂ ਨੇ ਵੱਡੇ ਵਡਿਆਈ ਸਤਿਗੁਰੂ ਦੇ ਹਿਰਦੇ ਚ ਤਾਰਨ ਨਹੀਂ ਕੀਤੀ ਮਨਜ ਹੋਰੀ ਵਿਚਾਰ ਲੈ ਕੇ ਬੈਠੇ ਰਹੇ ਹਾਂਜੀ ਮਹਿਮਾ ਲਖ ਕਹੇਉ ਨਾ ਮੰਨਿਓ ਹਾਂਜੀ ਤੇ ਹੇਸ਼ਿਆ ਨਾ ਸੇਰੇ ਗੁਰ ਕੁਛ ਨਾ ਬਖਾਨਿਓ ਮਹਿਮਾ ਵੇਖ ਕੇ ਕੁਝ ਵੀ ਨਾ ਕਿਹਾ ਜੀ ਮਹਿਮਾ ਨਹੀਂ ਵੇਖੀ ਮਹਿਮਾ ਲਖ ਕਹਿ ਕਹਿਓ ਨਾ ਮੰਨਿਓ ਮਹਾਰਾ ਦੀ ਵੱਡੀ ਮਹਿਮਾ ਨਹੀਂ ਸਮਝੀ ਤੇ ਸਤਗੁਰੂ ਜੀ ਦਾ ਬਚਨ ਨਹੀਂ ਮੰਨਿਆ ਤੇ ਮਹਾਰਾਜ ਨੇ ਵੀ ਕੁਝ ਨਹੀਂ ਆਖਿਆ ਅੱਗੋਂ ਜੀ ਗੁਰੂ ਨਾਨਕ ਸਾਹਿਬ ਨੇ ਕੋਈ ਬੋਲ ਨਹੀਂ ਬੋਲਿਆ ਜੀ ਹਾਂਜੀ ਬੈਠ ਕਹੇ ਅੰਗਦ ਸੰਗ ਬਚਨਾ ਹੁਣ ਉਹ ਤੇ ਚਲੇ ਗਏ ਤੇ ਸੰਗਤ ਸਾਰੇ ਬੈਠੇ ਨਮਸਕਾਰਾਂ ਕਰ ਲਈ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਲਾਗੇ ਬੈਠ ਕੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਹੁਣ ਦੋਵਾਂ ਦੇ ਨਾਮ ਨਾਲ ਗੁਰੂ ਲੱਗ ਗਿਆ ਜੀ ਹਾਂਜੀ ਪਰ ਉਪਕਾਰ ਜਿਨਹੇ ਮਨ ਰਚਨਾ ਜਿਹੜੇ ਸੱਚੇ ਪਾਤਸ਼ਾਹ ਸਦਾ ਪਰਉਪਕਾਰ ਦੀ ਭਾਵਨਾ ਹਿਰਦੇ ਵਿੱਚ ਰੱਖਦੇ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਅਬ ਤੁਮ ਜਗਤ ਉਧਾਰਨ ਕਾਰਨ ਮਹਾਰਾਜ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ ਹੁਣ ਜਗਤ ਦਾ ਉਧਾਰ ਕਰਨ ਵਾਸਤੇ ਮੂਲ ਮੰਤਰ ਸੁਭ ਕਰ ਹੋ ਸੁਧਾਰਨ ਐ ਮੂਲ ਮੰਤਰ ਸੁਣਾਓ ਮਹਾਰਾਜ ਕਹਿਣ ਲੱਗੇ ਸਾਨੂੰ ਮੂਲ ਮੰਤਰ ਸਿੱਖੀ ਦੀ ਅਰੰਭਤਾ ਜਿਹੜੀ ਹੈ ਉਹ ਮੂਲ ਮੰਤਰ ਤੋਂ ਹੈ ਹਾਂ ਜੀ ਮਮ ਬਾਨੇ ਗੁਣਖਾਨੀ ਦੇਖਾ ਲੀਜੈ ਬਿਨ ਬਿਨ ਵਸਖਾ ਮਹਾਰਾਜ ਕਹਿਣ ਲੱਗੇ ਜਿਹੜੀ ਬਾਣੀ ਸਾਡੀ ਤੁਹਾਨੂੰ ਕੰਠ ਹੈ ਉਸ ਬਾਣੀ ਨੂੰ ਪ੍ਰੇਮ ਦੇ ਨਾਲ ਪੜ ਕੇ ਸੁਣਾਓ ਹਾਂ ਜੀ ਖਮ ਹੈ ਸੁਨਾਵਤ ਜਾਓ ਉਚਾਰਾ ਉਚਾਰਣ ਕਰੋ ਤੇ ਉਚਾਰਣ ਕਰਕੇ ਸਾਨੂੰ ਪਾਠ ਸੁਣਾਓ ਬੰਦ ਮਰਜਾਦ ਕਰੋ ਉਪਕਾਰਾ ਤੇ ਮਰਜਾਦਾ ਬਨ ਕੇ ਅੱਗੋਂ ਤੁਸੀਂ ਇਹ ਸੰਗਤ ਤੇ ਉਪਕਾਰ ਕਰੋ ਅੱਗੋਂ ਗੁਰਮੁਖੀ ਅੱਖਰਾਂ ਦੀ ਮਰਜਾਦਾ ਜਿਹੜੀ ਹੈ ਉਹ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬੰਨੀ ਸੀਗੀ ਹਾਂਜੀ ਹਮਤੇ ਜੋ ਜਨਮੈ ਪਛਤਾਤਾ ਤਿੰਨ ਸਭ ਕੋ ਹੋਵੇ ਗਤ ਦਾਤਾ ਤਾਂ ਕੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਾਡੇ ਤੋਂ ਬਾਅਦ ਵੀ ਸੰਸਾਰ ਵਿੱਚ ਜਿਹੜੇ ਲੋਕ ਆਉਣ ਗੁਰਬਾਣੀ ਉਹਨਾਂ ਦਾ ਭਲਾ ਕਰੇਗੀ ਸੰਗਤ ਜੀ ਵੈਸੇ ਤੇ ਮਹਾਰਾਜ ਗਏ ਨਹੀਂ ਕਿਤੇ ਗੁਰੂ ਨਾਨਕ ਸਾਹਿਬ ਜੀ ਤੇ ਵੱਡੀ ਭਾਵਨਾ ਰੱਖਣੀ ਏ ਨਹੀਂ ਸਮਝਣਾ ਮਹਾਰਾਜ ਕਿਤੇ ਚਲੇ ਗਏ ਐ ਤੇ ਦੂਜੀ ਭਾਵਨਾ ਇਹ ਰੱਖਣੀ ਐ ਮਹਾਰਾਜ ਹਾਜ਼ਰ ਨਾਜ਼ਰ ਨੇ ਪਰ ਜੇ ਦੂਜਾ ਪੱਖ ਵੀ ਵੇਖੀਏ ਭਾਵੇਂ ਸਰੀਰ ਕਰਕੇ ਮਹਾਰਾਜ ਸਾਡੇ ਨੂੰ ਨਹੀਂ ਵੀ ਅੱਜ ਦਰਸ਼ਨ ਹੋ ਰਹੇ ਪ੍ਰਤੱਖ ਪਰ ਬਾਣੀ ਦੇ ਦਰਸ਼ਨ ਤੇ ਹੋ ਰਹੇ ਨਾ ਮਹਾਰਾਜ ਜੀ ਮਹਾਰਾਜ ਕਹਿਣ ਲੱਗੇ ਸਾਡੇ ਤੋਂ ਪਛਤਾਤ ਗੁਰਬਾਣੀ ਮੁਕਤੀ ਦਾਇਕ ਹੋਏਗੀ ਗੁਰਬਾਣੀ ਸਿੱਖਾਂ ਨੂੰ ਮੁਕਤ ਕਰੇਗੀ ਕੱਲੀ ਸਿੱਖਾਂ ਨੂੰ ਨਹੀਂ ਜਿਹੜਾ ਪੜ ਲੇਗਾ ਉਹਨੂੰ ਮੁਕਤ ਕਰੇਗੀ ਹਾਂ ਜਿਉਂ ਜਹਾਜ਼ ਚੜ ਸਾਗਰ ਤਰਹੀ ਸਮੁੰਦਰ ਨੂੰ ਤਰਨਾ ਹੋਵੇ ਤੇ ਜਹਾਜ਼ ਦੀ ਲੋੜ ਹੈ ਜੀ ਸਮੁੰਦਰੀ ਜਹਾਜ਼ ਦੀ ਹਾਂਜੀ ਜਿਉ ਤਹ ਪੜ ਸੰਸਾਰ ਉਦਰਹੀ ਜਿਵੇਂ ਕਿਸੇ ਨੇ ਸਮੁੰਦਰ ਤੇ ਨੂੰ ਪਾਰ ਕਰਨਾ ਹੋਵੇ ਉਹ ਜਹਾਜ਼ ਵਿੱਚ ਚੜਦਾ ਤੇ ਸਮੁੰਦਰ ਪਾਰ ਕਰ ਜਾਂਦਾ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਜਿਨੇ ਸੰਸਾਰ ਰੂਪੀ ਸਾਗਰ ਨੂੰ ਤਰਨਾ ਹੋਊ ਉਹ ਬਾਣੀ ਦਾ ਆਸਰਾ ਲਵੇ ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਕਿਹੇ ਵੀ ਬਾਣੀ ਦਾ ਜਾਪ ਸ਼ੁਰੂ ਕਰ ਲੋ ਭਾਵੇਂ ਮੂਲ ਮੰਤਰ ਦਾ ਕਰ ਲੋ ਭਾਵੇਂ ਗੁਰ ਮੰਤਰ ਦਾ ਕਰ ਲੋ ਬਾਣੀ ਨੇ ਭਲਾ ਹੀ ਕਰਨਾ ਤੁਹਾਡਾ ਬਾਣੀ ਪਾਰ ਲੈ ਜਾਏਗੀ ਬੰਦੇ ਨੂੰ ਤੁਸੀਂ ਸੁਣੀ ਸੀ ਨਾ ਦਸਵੇਂ ਪਾਤਸ਼ਾਹ ਦੀ ਸਾਖੀ ਹੋਮਾਦੇਸ਼ ਤੋਂ ਪੰਛੀ ਆਇਆ ਵਾਹਿਗੁਰੂ ਨਾਰਦ मुनि ਨੇ ਮਹਾਰਾਜ ਨੂੰ ਹੋਮਾਦੇਸ਼ ਦੇ ਪੰਛੀ ਦੇ ਖੰਭ ਲਿਆ ਕੇ ਦਿੱਤੇ ਤੀਰਾ ਨਾਲਾ ਕੇ ਮਾਰਨੇ ਖੰਭ ਚਲਾਏ ਤੇ ਖੰਭ ਤੀਰਾਂ ਨੂੰ ਵੀ ਉੱਥੇ ਹੀ ਲੱਗੇ ਜਿੱਥੋਂ ਆਏ ਸਨ ਜੀ ਮਹਾਰਾਜ ਸੇਖਾ ਨੂੰ ਕਹਿਣ ਲੱਗੇ ਸਿੱਖੋ ਤੀਰ ਲੱਭੋ ਤੇ ਤੀਰ ਲੱਭਣ ਹੀ ਨਾ ਮਹਾਰਾਜ ਸੱਚੇ ਪਾਤਸ਼ਾਹ ਤੀਰ ਕਿੱਥੇ ਗਏ ਹੈ ਮਹਾਰਾਜ ਕਹਿੰਦੇ ਤੀਰ ਉੱਥੇ ਗਏ ਹੈ ਜਿੱਥੋਂ ਖੰਭ ਆਏ ਸੀਗੇ ਮਹਾਰਾਜ ਕਹਿੰਦੇ ਹੁਮਾ ਪੰਛੀ ਦੇ ਖੰਭ ਸਨ ਤੇ ਉਹ ਖੰਭ ਤੀਰਾਂ ਨੂੰ ਵੀ ਆਪਣੇ ਪੰਛੀ ਕੋ ਲੈ ਗਏ ਇਸੇ ਤਰ੍ਹਾਂ ਜਿਵੇਂ ਖੰਭ ਜਿੱਥੋਂ ਆਏ ਸਨ ਉਥੇ ਵਾਪਸ ਚਲੇ ਗਏ ਨਾਲ ਤੀਰਾਂ ਨੂੰ ਵੀ ਲੈ ਗਏ ਬਾਣੀ ਸਤਖੰਡ ਵਿੱਚੋਂ ਆਈ ਹੈ ਜਿਹੜੀ ਜਿਹੜਾ ਪੜੇਗਾ ਉਹਨੂੰ ਵੀ ਸਤਖੰਡ ਵਿੱਚ ਹੀ ਲੈ ਜਾਏਗੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਧੁਰ ਕੀ ਬਾਣੀ ਆਈ ਤਿੰਨ ਸਗਲਿ ਚਿੰਤ ਮਿਟਾਈ ਹਾਂ ਸੁਣ sire angad bandan thane ਸੁਣ ਕੇ ਧਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਬਾਣੀ ਸ਼ੁਰੂ ਕੀਤੀ ਜੀ ਹਾਏ ਬੀਨ ਬੀਨ ਨੀਕੇ ਗੁਰਬਾਨੀ ਤੇ ਚੁਣ ਚੁਣ ਕੇ ਜਿਹੜੇ ਸ਼ਬਦ ਜਾਤ ਸਨ ਪਿਆਰਿਓ ਉਹ ਸ਼ਬਦ ਪੜੇ ਜੀ ਹਾਂਜੀ ਆਨ ਸੁਨਾਵਨ ਕੀ ਨ ਸੋਹਾਨੀ ਫਿਰ ਮੂਲ ਮੰਤਰ ਸੁਣਾਇਆ ਚੁਣ-ਚੁਣ ਸ਼ਬਦ ਸੁਣਾਏ ਤੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਜੀ ਜਪਜੀ ਸਾਹਿਬ ਦਾ ਪਾਠ ਸੁਣਾਇਆ ਹਾਂਜੀ ਤਬ ਜਪ ਨਾਮ ਧਰਿਓ ਗੁਨ ਖਨੀ ਕਹਿੰਦੇ ਆ ਉਸ ਸਮੇਂ ਫਿਰ ਮਹਾਰਾਜ ਨੇ ਖੁਸ਼ ਹੋ ਕੇ ਜਪਜੀ ਸਾਹਿਬ ਦਾ ਜਾਪ ਕਰਨ ਦਾ ਸਿੱਖਾਂ ਨੂੰ ਹੁਕਮ ਕੀਤਾ ਸੀਗਾ ਜੀ ਔਰ ਇਸ ਬਾਣੀ ਦਾ ਨਾਮ ਜਾਪ ਰੱਖਿਆ ਤੇ ਜਪਜੀ ਸਾਹਿਬ ਕਹੀ ਕਹਿੰਦੇ ਅਰਥ ਪੜ੍ਹ ਲਓ। ਜਾਪ ਕਰਨ ਦੀ ਲੋੜ ਨਹੀਂ ਐ। ਪਿਆਰਿਓ ਜਪਜੀ ਸਾਹਿਬ ਦਾ ਨਾਮ ਹੀ ਜਪ। ਵੀ ਜਪ। ਤੇ ਜਪ ਸ਼ਬਦ ਜਿੰਨਾ ਚਿਰ ਜ਼ਿੰਦਗੀ ਦਾ ਅੰਤਮ ਸਵਾਸ ਹੈ, ਓਨਾ ਚਿਰ ਤੱਕ ਜਪ ਚੱਲਣਾ ਵੀ ਜਪੀ ਚੱਲ ਜਪੀ ਚੱਲੇ। ਹਾਂਜੀ। ਸ਼੍ਰੀ ਮੁਖਤੇ ਮਹਿਮਾ ਪੁਨ ਭਾਖੀ ਜਦੋਂ ਗੁਰੂ ਅੰਗਦ ਦੇਵ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਕਿੰਨਾ ਸੁਹਾਵਣਾ ਸਮਾ ਹੋਏਗਾ ਜਦੋਂ ਤਖਤ ਤੇ ਬੈਠੇ ਗੁਰੂ ਅੰਗਦ ਸਾਹਿਬ ਤੇ ਤਖਤ ਤੇ ਬੈਠੇ ਗੁਰੂ ਨਾਨਕ ਸਾਹਿਬ ਤੇ ਜਪਜੀ ਸਾਹਿਬ ਦਾ ਪਾਠ ਮਹਾਰਾਜ ਸੁਣ ਰਹੇ ਤੇ ਮਹਾਰਾਜ ਸੁਣਾ ਰਹੇ ਜੀ ਤੇ ਮਹਾਰਾਜ ਆਪ ਆਪਣੀ ਰਸਨਾ ਤੋਂ ਪੜ ਰਹੇ ਹੈ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੋ ਸਦਾ ਸਲਾਮਤ ਨਿਰੰਕਾਰ ਉਸ ਸਮੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਜਪਜੀ ਸਾਹਿਬ ਦੀ ਵਡਿਆਈ ਕੀਤੀ ਪਿਆਰਿਓ ਹੁਣ ਕਥਾ ਧਿਆਨ ਨਾ ਸੁਣਿਓ ਜਿਹੜਾ ਸਿੱਖ ਹੈ ਸਿੱਖ ਦੇ ਜੀਵਨ ਵਿੱਚ ਜਪਦੀ ਸਾਹਿਬ ਦਾ ਕੀ ਮਹਾਤਮ ਹੈ ਹਾਂ ਜੋ ਨਰ ਹੋਵੇ ਸਿੱਖੀ ਅਬਿਲਾਖੀ ਮਹਾਰਾਜ ਕਹਿੰਦੇ ਆਂ ਸ਼੍ਰੀ ਮੁਖ ਤੇ ਮਹਿਮਾ ਪੁਨ ਭਾਖੇ ਜੋ ਨਰ ਸਿੱਖੀ ਹੋਵੇ ਅਬਿਲਾਖੀ ਜਿਹੜੇ ਨਰ ਸਿੱਖੀ ਦੇ ਅਬਲਾਖੀ ਹਨ ਭਾਵ ਜਿਹੜੇ ਚਾਹੁੰਦੇ ਐ ਸਾਨੂੰ ਸਿੱਖੀ ਮਿਲੇ ਅਸੀਂ ਸਿੱਖ ਬਣਨਾ ਹੈ ਪਰ ਪਵਾੜਾ ਤੇ ਹੈ ਅੱਜ ਜੰਮਦੇ ਹੀ ਕਹਿ ਦਿੰਦੇ ਅਸੀਂ ਬ੍ਰਹਮ ਗਿਆਨੀ ਬਣ ਜੀਏ ਸਿੱਖ ਬਣਨ ਵਾਸਤੇ ਤੇ ਤਿਆਰ ਹੀ ਕੋਈ ਵਿਰਲਾ ਸਿੱਖ ਨਹੀਂ ਕੋਈ ਬਣਦਾ ਮਹਾਰਾਜ ਕਹਿਣ ਲੱਗੇ ਜਿਹੜਾ ਸਿੱਖ ਬਣਨ ਦਾ ਅਭਲਾਸ਼ੀ ਹੈ ਜਿਹੜਾ ਚਾਹੁੰਦਾ ਹੈ ਮੈਂ ਸਤਿਗੁਰਾਂ ਦਾ ਸਿੱਖ ਬਣਾ ਨੇ ਸਮਾਹ ਉਠੇ ਸੇ ਕਰੇ ਸਨਨ ਸਭ ਤੋਂ ਪਹਿਲਾ ਪੈਰ ਰਾਤ ਰਿੰਦਿਆਂ ਉਹ ਉੱਠ ਕੇ ਇਸ਼ਨਾਨ ਕਰੇ ਪੈਰ ਰਾਤ ਰਿੰਦਿਆਂ ਹੁਣ ਇੱਕ ਇੱਕ ਗੱਲ ਬੜੀ ਜ਼ਰੂਰੀ ਹੈ ਇਹ ਨਹੀਂ ਵੀ ਸੂਰਜ ਚੜ ਗਿਆ ਸੂਰਜ ਨਲਿਸ਼ਕਾ ਮਾਰ ਰਿਹਾ ਤੇ ਸਿੱਖ ਸੁੱਤਾ ਹੀ ਪਿਆ ਤਾਂ ਫੇਰ ਉਹ ਸਿੱਖ ਨਹੀਂ ਤੇ ਬਣ ਸਕਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਿੱਖੀ ਦੇ ਮਰਜਾਦਾ ਬੰਨਦੇ ਮਹਾਰਾਜ ਕਹਿਣ ਲੱਗੇ ਜਿਹੜਾ ਸਿੱਖੀ ਦਾ ਅਭਲਾਸ਼ੀ ਹੈ ਸਿੱਖ ਬਣਨਾ ਚਾਹੁੰਦਾ ਹੈ ਉਹ ਪਹਿਰ ਰਾਤ ਉੱਠੇ ਭਾਵ ਅੰਮ੍ਰਿਤ ਵੇਲੇ ਉੱਠੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਜੀ ਹਾਂ ਜੀ ਜਪ ਪੜ ਹੈ ਇਕ ਚਿਤ ਸਵਧਨ ਨਿਸਮਹਿ ਉੱਠੇ ਸੇ ਕਰਹੇ ਇਸ਼ਨਾਨਾ ਜਪ ਪੜ ਹੈ ਇੱਕ ਚਿਤ ਸਬਧਾਨ ਇਸ ਨਾਨ ਕਰਕੇ ਚਿਤ ਨੂੰ ਇੱਕ ਕਰੇ ਸਬਧਾਨ ਹੋਵੇ ਤੇ ਫਿਰ ਆਪਣੇ ਮੁਖ ਤੋਂ ਜਪਜੀ ਸਾਹਿਬ ਦਾ ਪਾਠ ਕਰੇ ਜਪ ਦਾ ਪਾਠ ਕਰੇ ਬਾਣੀ ਦਾ ਨਾਮ ਜਪ ਹੀ ਹੈ ਸਤਕਾਰ ਦੇ ਨਾਲ ਆਪਾਂ ਜਪ ਜੀ ਸਾਹਿਬ ਕਹਿੰਦੇ ਆ ਉਹ ਜਪ ਦਾ ਪਾਠ ਕਰੇ ਇੱਕ ਓੰਕਾਰ ਤੋਂ ਲੈ ਕੇ ਕੀਤੀ ਛੁੱਟੀ ਨਾਲ ਤੱਕ ਜਪ ਦਾ ਪਾਠ ਕਰੇ ਜੀ ਹਾਂਜੀ ਅਰਧ ਵਿਚਾਰ ਕਰੇ ਉਰਮਾਹੀ ਅਰਥ ਵਿਚਾਰ ਕਰੇ ਉਰਮਾਹੀ ਰਸਨਾ ਤੋਂ ਕਰੇ ਪਾਠ ਤੇ ਹਿਰਦੇ ਨੂੰ ਫਿਰ ਅਰਥਾਂ ਦੇ ਵਿਚਾਰ ਵਿੱਚ ਲਾਵੇ ਜੀ ਹਾਂਜੀ ਮੁਕਤ ਹੋਏ ਸੋ ਸੰਸੇ ਨਾਹੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਵੇਖੋ ਦੋ ਹੀ ਕੰਮ ਨੇ ਅਮਰਤ ਵੇਲੇ ਉੱਠੋ ਇਸਨਾਨ ਕਰੋ ਤੇ ਜਪਜੀ ਸਾਹਿਬ ਦਾ ਮੁਖੋਂ ਕਰੋ ਪਾਠ ਤੇ ਹਿਰਦੇ ਤੋਂ ਕਰੋ ਅਰਥਾਂ ਦੀ ਵਿਚਾਰ ਇਹ ਕੰਮ ਜਿਹੜਾ ਰੋਜ਼ ਕਰੇਗਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸ਼ੱਕ ਕੋਈ ਨਹੀਂ ਹੈ ਉਹ ਮੁਕਤ ਹੋ ਜਾਏਗਾ ਉਹ ਮੁਕਤ ਹੋ ਜਾਏਗਾ ਹਾਂ ਜਪੁਜੀ ਸੇਵਨ ਪ੍ਰੀਤ ਸੋ ਜਾਹੀ ਸੋ ਮਹਾਰਾਜ ਗਰੀਬ ਨਿਵਾਜ ਕਹਿਣ ਲੱਗੇ ਐ ਜਪੁਜੀ ਸੇਵਨ ਪ੍ਰੀਤ ਜੋ ਸੋ ਜਾਹੀ ਜਿਹਦਾ ਜਪਜੀ ਦੇ ਸੇਵਨ ਵਿੱਚ ਪਿਆਰ ਪੈ ਜਾਵੇ ਜਿਹਦੇ ਮਨ ਵਿੱਚ ਪਿਆਰ ਪੈਦਾ ਹੋ ਜਾਵੇ ਕਿ ਮੈਂ ਜਪ ਦੀ ਬਾਣੀ ਦਾ ਜਾਪ ਕਰਨਾ ਮੈਂ ਜਪਜੀ ਸਾਹਿਬ ਦੇ ਪਾਠ ਕਰਨੇ ਆ ਹਾਂ ਜੀ ਮਾਮਸਾ ਮੀਪ ਪ੍ਰਾਪਤ ਹੋਏ ਤਾਂ ਹੀ ਧੰ ਗੁਰੂ ਨਾਨਕ ਸਾਹਿਬ ਕਹਿ ਰਹੇ ਐ ਮਹਾਰਾਜ ਕਹਿੰਦੇ ਭਾਈ ਸਿੱਖੋ ਉਹ ਮੇਰੀ ਨੇੜਤਾ ਹਾਸਲ ਕਰ ਲਏਗਾ ਮੈਂ ਉਹਦੇ ਅੰਗ ਸੰਗ ਹੋਵਾਂਗਾ ਉਹਦੇ ਕੋਲ ਸਦਾ ਰਹਾਂਗਾ ਇਸੇ ਕਰਕੇ ਗੁਰੂ ਦੇ ਪਿਆਰੇ ਸੰਗਤ ਜੀ 21 21 ਜਪਦੀ ਸਾਹਿਬ ਦੇ ਪਾਠ ਕਰਦੇ ਐ ਕਈ 31 ਕਰਦੇ ਐ ਕਈ 41 ਕਰਦੇ ਐ ਤੇ ਹੋਰ ਪਿਆਰ ਵਾਲੇ 100 100 ਜਪਜੀ ਸਾਹਿਬ ਦਾ ਪਾਠ ਵੀ ਕਰਦੇ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਪੁਰਖ ਪਿੰਡਰਾਵਾਲੇ ਹੱਲ ਵੰਦਿਆਂ 100 ਪਾਠ ਜਪਜੀ ਸਾਹਿਬ ਦਾ ਕਰ ਜਾਂਦੇ ਸੀ। ਤੇ ਫਿਰ ਜਗਤ ਵਿੱਚ ਪ੍ਰਤਾਪ ਕਿੰਨਾ ਵਟਾ ਹੋਇਆ। ਤੇ ਮਾਫ ਕਰਿਓ ਆਪਾਂ ਇੱਕ ਵੀ ਕਰਦੇ ਆ ਤੇ ਉਹ ਵੀ ਮਰਿਆਦਾ ਨਾਲ ਨਹੀਂ ਕਰਦੇ। ਸੇਵਨ ਉਦਾਰਥ ਇੱਕ ਵਾਰ ਪੜਨਾ ਨਹੀਂ ਹੁੰਦਾ ਸੇਵਨ ਦਾ ਅਰਥ ਹੁੰਦਾ ਬਾਰ-ਬਾਰ ਪੜਨਾ ਬਾਰ-ਬਾਰ ਪੜਨਾ ਬਾਰ-ਬਾਰ ਪੜਨਾ ਮਹਾਰਾਜ ਕਹਿੰਦੇ ਜਪਜੀ ਸੇਵਨ ਪ੍ਰੀਤ ਸੋਜਾਹੀ ਮਮਸਮੀਪ ਪ੍ਰਾਪਤ ਹੋਏ ਤਾਹੀ ਜਿਹੜਾ ਜਪਜੀ ਸਾਹਿਬ ਨੂੰ ਬਾਰ-ਬਾਰ ਪੜ੍ਹੇਗਾ ਮਨ ਵਿੱਚ ਪ੍ਰੀਤੀ ਧਾਰਨ ਕਰੇਗਾ ਉਨ ਨੂੰ ਸਾਡੇ ਨੇੜਤਾ ਪ੍ਰਾਪਤ ਹੋਵੇਗੀ ਤਰਹਿ ਕਾਮਨਾ ਪੜ ਹੈ ਇੱਕ ਮਨ ਹਿਰ ਚਲੋ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਪਜੀ ਸਾਹਿਬ ਦਾ ਪਾਠ ਕੀਤੇ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਸੰਸਾਰੀ ਕਾਮਨਾ ਰੱਖ ਲੇ ਵੀ ਹੇ ਮਹਾਰਾਜ ਮੇਰਾ ਕੰਮ ਹੋ ਜਾਵੇ ਇਹ ਕਾਮਨਾ ਕੋਈ ਵੀ ਕਾਮਨਾ ਰੱਖੇ ਉਹ ਕਾਮਨਾ ਰੱਖ ਕੇ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੇ ਹੋਏ ਸੰਪੂਰਨ ਤਿਹ ਕੀ ਤਤਸ਼ਿਨ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਇਹ ਥੋੜਾ ਵਿੱਚ ਬੋਲੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਫਿਰ ਉਹਦੀ ਤਤ ਛੇਨੀ ਕਾਮਨਾ ਪੂਰੀ ਹੋਏਗੀ ਜੰਤਰ ਮੰਤਰ ਪੁੰਨ ਤੰਤਰ ਮਹਾਨ ਸੰਸਾਰ ਵਿੱਚ ਤਿੰਨ ਚੀਜ਼ਾਂ ਬੜੀਆਂ ਪ੍ਰਚਲਿਤ ਨੇ ਦਸਵੇਂ ਪਾਤਸ਼ਾਹ ਜੀ ਨੇ ਵੀ ਲਿਖੀਆਂ ਨੇ ਭਾਈ ਮਾਨ ਕਾਨ ਸਿੰਘ ਨਾਭਾ ਇਹਨਾਂ ਦਾ ਜ਼ਿਕਰ ਕਰਦੇ ਆ ਨਮੋ ਜੰਤਰ ਜੰਤਰੰਗ ਲਿਖਿਆ ਨਮੋ ਮੰਤਰ ਮੰਤਰੰਗ ਵੀ ਲਿਖਿਆ ਤੇ ਤੰਤਰ ਤੰਤਰੰਗ ਵੀ ਲਿਖਿਆ ਮਹਾਰਾਜ ਕਹਿਣ ਲੱਗੇ ਭਾਵੇਂ ਜੰਤਰ ਹੋਵੇ ਮੰਤਰ ਹੋਵੇ ਤੰਤਰ ਹੋਵੇ ਜੰਤਰ ਕਿੰਨੂ ਕਹਿੰਦੇ ਆ ਮੰਤਰ ਕਿੰਨੂ ਕਹਿੰਦੇ ਤੇ ਤੰਤਰ ਕਿੰਨੂ ਕਹਿੰਦੇ ਆ ਜੰਤਰ ਕਹਿੰਦੇ ਆ ਸਾਧ ਸੰਗਤ ਜੀ ਕਿਹ ਹੈ ਵਸਤੂ ਨੂੰ ਮੰਤਰ ਕਹਿੰਦੇ ਆ ਮੁਖ ਮੁਖ ਤੇ ਬੋਲ ਨੂੰ ਤੇ ਜਦੋਂ ਕਿਸੇ ਵਸਤੂ ਤੇ ਮੰਤਰ ਪੜਦੇ ਉਹ ਕਿਹਨੂੰ ਖਵਾ ਦਿਓ ਉਹਨੂੰ ਤੰਤਰ ਕਹਿੰਦੇ ਆ ਟੂਣਾ ਕਹਿੰਦੇ ਆ ਹਾਂਜੀ ভূত জয় প্রীত দয়ত বলবান পাਵੇਂ ਕਿੱਡਾ ਵੀ ਵੱਡਾ ਜੰਤਰ ਮੰਤਰ ਤੰਤਰ ਹੋਵੇ ਭੂਤ ਹੋਵੇ ਪ੍ਰੇਤ ਹੋਵੇ ਦੈਂਤ ਬਲੀ ਆ ਜਾਵੇ ਤਿਹ समीप ਨਹ ਆਵੇ ਕੋਈ ਪੜਨ ਪ੍ਰੀਤ ਨਿਤ ਨਰ ਜਿਹ ਹੋਈ ਪਰ ਮਹਾਰਾਜ ਕਹਿਣ ਲੱਗੇ ਪਿਆਰਿਓ ਜਿਹੜਾ ਜਪਜੀ ਸਾਹਿਬ ਦਾ ਪਾਠ ਕਰੇਗਾ ਜਿਹੜਾ ਜਪ ਦਾ ਪਾਠ ਕਰੇਗਾ ਇਹਨਾਂ ਵਿੱਚੋਂ ਕੋਈ ਵੀ ਚੀਜ਼ ਉਹਦੇ ਨੇੜੇ ਨਹੀਂ ਆ ਸਕਦੀ ਜੀ ਪੂਤ ਪ੍ਰੇਤ ਦੈਤ ਬਲਵਾਨ ਮਹਾਰਾਜ ਕਹਿੰਦੇ ਉਹਦੇ ਨੇੜੇ ਨਹੀਂ ਆ ਸਕਦੇ ਹਾਂਜੀ ਮਾਨੁਖ ਦੇਹ ਜੀਵ ਜਿੰਨ ਪਾਈ ਹਜ਼ੂਰ ਮਹਾਰਾਜ ਗਰੀਬ ਨਿਵਾਜ ਕਹਿਣ ਲੱਗੇ ਜਿਨ੍ਹਾਂ ਨੇ ਮਨੁੱਖਾ ਸਰੀਰ ਪਾਇਆ ਹੈ ਦੇਹ ਪਾਈ ਹੈ ਜਪ ਬਹੀਨ ਹੋਵੇ ਬਾਦ ਗਵਾਈ ਭਾਵ ਸਾਡੇ ਸਾਰਿਆਂ ਦੀ ਗੱਲ ਹੈ ਮਨੁੱਖਾ ਸਰੀਰ ਕੋਲ ਹੈ ਜਪ ਨਹੀਂ ਪੜਦਾ ਮਹਾਰਾਜ ਕਹਿਣ ਲੱਗੇ ਉਹਦਾ ਮਨੁੱਖਾ ਸਰੀਰ ਹੀ ਵਿਅਰਥ ਹੈ ਜਪਜੀ ਸਾਹਿਬ ਜੀ ਤਾਂ ਬੜੀ ਵੱਡੀ ਵਡਿਆਈ ਆ ਕੱਲਾ ਮੂਲ ਮੰਤਰ ਹੀ ਨਹੀਂ ਮਾਨ ਮਾਰਾ ਜੀ ਕਹਿੰਦੇ ਆ ਨਾ ਭੂਤ ਪ੍ਰੇਤ ਜੰਤਰ ਮੰਤਰ ਤੰਤਰ ਨਿਕਟ ਨਹੀਂ ਆਉਂਦੇ ਸਾਧ ਸੰਗਤ ਜੀ ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਪੁਰਖ ਕਿਸੇ ਨਗਰ ਵਿੱਚ ਕਥਾ ਕਰਨ ਗਏ ਹੁਣ ਮਹਾਪੁਰਖਾਂ ਦੇ ਨਾਲ ਵਿਦਿਆਰਥੀਆਂ ਦਾ ਜਥਾ ਜਾਂਦਾ ਤੇ ਮਹਾਪੁਰਖਾਂ ਦੀ ਜਿਹੜੀ ਉਮਰ ਹੈ ਉਹ ਵੀ ਜਵਾਨੀ ਵਾਲੀ ਹੈ ਪ੍ਰਤਾਪ ਬੜਾ ਜ਼ਿਆਦਾ ਹੈ ਤੇ ਹਰ ਰੋਜ਼ ਜਦੋਂ ਮਹਾਪੁਰਖ ਜਥੇ ਸਮੇਤ ਸਿੰਘਾਂ ਦੇ ਸਮੇਤ ਜਾਂਦੇ ਸਨ ਨਾ ਕਥਾ ਕਰਨ ਵਾਸਤੇ ਤੇ ਰਸਤੇ ਵਿੱਚ ਇੱਕ ਤਾੰਤਰਿਕ ਬੈਠਾ ਸੀਗਾ ਕਿ ਮੈਂ ਉਹ ਆਪਣੇ ਆਪ ਨੂੰ ਅਖਵਾਉਂਦਾ ਸੀ ਵੀ ਮੈਂ ਵੀ ਬੜਾ ਤਾਕਤਵਰ ਹਾਂ ਕਹਿੰਦੇ ਆ ਕਹਿੰਦੇ ਆ ਉਹ ਤਾੰਤਰਿਕ ਮਹਾਪੁਰਖਾਂ ਦੇ ਜਦੋਂ ਜਾਂਦਿਆਂ ਤੇ ਦਰਸ਼ਨ ਕਰਦਾ ਉਹਦੇ ਮਨ ਚ ਈਰਖਾ ਪੈਦਾ ਹੁੰਦੀ ਵੀ ਮੇਰਾ ਤੇ ਇਨਾ ਸਤਕਾਰ ਨਹੀਂ ਆ ਇਹਨਾਂ ਦਾ ਕਿਉਂ ਆ ਆਮ ਹੀ ਆ ਜਾਂਦੀ ਹੈ ਈਰਖਾ ਇੱਕ ਦਿਨ ਫਿਰ ਉਹਨੇ ਆਖਿਆ ਵੀ ਲੋਕ ਬੜਾ ਮੰਨਦੇ ਐ ਅੱਜ ਤੁਰਦਿਆਂ ਤੁਰਦਿਆਂ ਨੂੰ ਹੀ ਜ਼ਮੀਨ ਤੇ ਸੁੱਟਾਂਗਾ ਉਹਨੇ ਪੂਰਾ ਮੰਤਰ ਲਾਇ ਜੰਤਰ ਲਾਇ ਪੂਰੀ ਕੋਸ਼ਿਸ਼ ਕਰਕੇ ਤੇ ਸਾਧ ਸੰਗਤ ਜੀ ਜਦੋਂ ਮਹਾਪੁਰਖ ਆਏ ਉਹਨਾਂ ਤੇ ਵਾਰ ਕੀਤਾ ਆਪਣੇ ਮੰਤਰਾਂ ਦਾ ਮਹਾਪੁਰਖ ਪ੍ਰੇਮ ਨਾਲ ਲੰਘ ਗਏ ਤੇ ਤਾਤ੍ਰਿਕ ਉਲਟਾ ਓਰੇ ਮੰਤਰ ਓਰੇ ਤੇ ਹੀ ਪੁੱਠਾ ਅਸਰ ਕਰਕੇ ਤੋਂ ertidite ਡਿੱਗ ਗਿਆ ਜੀ ਤੇ ਸਾਧ ਸੰਗਤ ਸਿੰਘਾਂ ਨੇ ਪੁੱਛਿਆ ਵੀ ਮਹਾਪੁਰਖੋ ਇਹ ਕੀ ਬਣਿਆ ਮਹਾਪੁਰਖਾਂ ਦੱਸਿਆ ਕਹਿਣ ਲੱਗੇ ਸਾਡੇ ਤੇ ਬੁਰੇ ਮੰਤਰ ਕਰ ਰਿਹਾ ਸੀ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਚਾਇਆ ਮੂਲ ਮੰਤਰ ਦੀ ਤਾਕਤ ਨਾਲ ਭਾਈ ਅਸੀਂ ਉਸ ਵੇਲੇ ਮੂਲ ਮੰਤਰ ਕਰ ਰਹੇ ਸਾਂ ਸੋ ਜਿਹੜਾ ਮੂਲ ਮੰਤਰ ਹੀ ਕਰਦਾ ਹੈ ਨਾ ਉਹਨਾਂ ਲੱਗ ਗਈ ਇਹ ਚੀਜ਼ਾਂ ਨਹੀਂ ਆਉਂਦੀਆਂ ਉਹਦੇ ਲੱਗ ਗਈ ਇਹ ਚੀਜ਼ਾਂ ਨਹੀਂ ਆਉਂਦੀਆਂ ਜਿਹੜਾ ਮੂਲ ਮੰਤਰ ਕਰੇ ਉਹਦੇ ਲੱਗ ਗਈ ਇਹ ਚੀਜ਼ਾਂ ਨਹੀਂ ਆਉਂਦੀਆਂ ਤੇ ਸਾਰਾ ਜਪਜੀ ਸਾਹਿਬ ਦਾ ਪਾਠ ਕਰ ਲਏ ਉਹਦੀ ਤੇ ਖੇੜ ਹੀ ਬੜੀ ਵੱਡੀ ਹੈ ਸੋ ਮਹਾਰਾਜ ਗਰੀਬ ਨਵਾਜ਼ ਕਹਿਣ ਲੱਗੇ ਮਨੁੱਖਾ ਸ਼ਰੀਰ ਤੇ ਪਾਇਆ ਪਰ ਕਦੇ ਜ਼ਿੰਦਗੀ ਚ ਜਪ ਨਹੀਂ ਪੜਿਆ ਸਮਝੋ ਜ਼ਿੰਦਗੀ ਬੇਅਰਥ ਹੈ ਸਿਖਨ ਜੋਗ ਮੰਤਰ ਗੁਰ ਕੇਰਾ ਮਹਾਰਾਜ ਕਹਿਣ ਲੱਗੇ ਸਿਖਾਂ ਵਾਸਤੇ ਸਭ ਤੋਂ ਵੱਡਾ ਜਿਹੜਾ ਮੰਤਰ ਹੈ ਇਤ ਉਤ ਨਿਤ ਸੁਖ ਦੇਤ ਕਨੇਰਾ ਉਹ ਜਪ ਹੀ ਹੈ ਭਾਵ ਜਪਜੀ ਸਾਹਿਬ ਹੈ ਇਸ ਦੁਨੀਆਂ ਵਿੱਚ ਵੀ ਸੁੱਖ ਦਿੰਦਾ ਪਰਲੋਕ ਵਿੱਚ ਵੀ ਸੁੱਖ ਦਿੰਦਾ ਹੈ ਜਪਜੀ ਸਾਹਿਬ ਸਾਥ ਸੰਗਤ ਦੀ ਸਾਡਾ ਮਾਲਾ ਮੰਤਰ ਹੈ ਮਾਲਾ ਮੰਤਰ ਹਾਂਜੀ ਹੋਏ ਸਿੱਖ ਜਪ ਕੰਠ ਨਾ ਕੀਨੋ ਹੁਣ ਅੱਗੇ ਚੱਲੋ ਮਹਾਰਾਜ ਕਹਿੰਦੇ ਹੋਏ ਸਿੱਖ ਜਪ ਕੰਠ ਨਾ ਕੀਨੋ ਸਿੱਖ ਹੋਵੇ ਤੇ ਜਪਜੀ ਸਾਹਿਬ ਜ਼ੁਬਾਨੀ ਯਾਦ ਹੀ ਨਾ ਕੀਤਾ ਹੋਵੇ ਹਾਂਜੀ ਨਾਉ ਤਰੇਕ ਬੇਖ ਧਰ ਲੀਨੋ ਤੇ ਮਹਾਰਾਜ ਕਹਿਣ ਲੱਗੇ ਨਾਮ ਤਰੇਕ ਹੀ ਸਿੱਖੀ ਐ ਭੇਖ ਹੀ ਸਿੱਖ ਦਾ ਬਣਾਇਆ ਅਸਲ ਵਿੱਚ ਸਿੱਖ ਨਹੀਂ ਐ ਹੁਣ ਆਪਾਂ ਇੰਨਾ ਕੰਮ ਵੀ ਨਹੀਂ ਕਰ ਸਕਦੇ ਇੱਕ ਜਪਜੀ ਸਾਹਿਬ ਦਾ ਪਾਠ ਨਹੀਂ ਕੰਠ ਕਰ ਸਕਦੇ ਪਰ ਇਹਦੇ ਵਾਸਤੇ ਵੀ ਗੁਰੂ ਦੀ ਮਿਹਰ ਚਾਹੀਦੀ ਅਰਦਾਸ ਕਰਿਆ ਕਰੋ ਉਹਨਾਂ ਤੱਕ तकरीबन 1 ਮਹੀਨੇ ਦਾ ਪ੍ਰੋਸੀਜਰ ਐ ਜੇ ਸਾਧ ਸੰਗਤ ਜੀ ਕੋਈ ਪਿਆਰ ਨਾਲ ਜਪਜੀ ਸਾਹਿਬ ਦਾ ਪਾਠ ਦਿਹਾੜੀ ਵਿੱਚ 7-8 ਵਾਰ ਕਰੇ ਤਾਂ ਇੱਕ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੀ ਕੀ ਨਿਸ਼ਾਨੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੀ ਇਹ ਨਿਸ਼ਾਨੀ ਹੈ ਪੜਿਆ ਲਿਖਿਆ ਹੋਵੇ ਤਾਂ ਜਪਜੀ ਸਾਹਿਬ ਕੰਠ ਹੋਵੇ ਸਮਝੋ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ ਅਸੀਂ ਪੜੇ ਲਿਖੇ ਆ ਤੇ ਜਪਜੀ ਸਾਹਿਬ ਕੰਠ ਨਹੀਂ ਕਰਦੇ ਤਾਂ ਗੁਰਮੁਖ ਪਿਆਰੇ ਦੱਸ ਰਹੇ ਸਨ ਕਹਿੰਦੇ ਸਾਡੇ ਇਲਾਕੇ ਵਿੱਚ ਇੱਕ ਮਾਈ ਸੀਗੀ ਉਹਨੇ ਸਵੇਰੇ ਸਵੇਰੇ ਝਾੜੂ ਮਾਰਨਾ ਤੇ ਸਾਰੀਆਂ ਬਾਣੀਆਂ ਪੜੀ ਜਾਣੀਆਂ ਜਪਜੀ ਸਾਹਿਬ ਜਾਪ ਸਾ ਪੰਜ ਬਾਣੀਆਂ ਸੁਖਮਣੀ ਸਾਹਿਬ ਆਸਾ ਦੀ ਵਾਰ ਸਾਰਾ ਕੁਝ ਜ਼ੁਬਾਨੀ ਪੜੀ ਜਾਇਆ ਕਰੇ ਕਹਿੰਦੇ ਉਹਨੂੰ ਪੁੱਛਿਆ ਵੀ ਮਾਈ ਤੈਨੂੰ ਇੰਨੀ ਬਾਣੀ ਕਿਵੇਂ ਯਾਦ ਅਸੀਂ ਸੁਣਿਆ ਤੂੰ ਪੜ੍ਹੀ ਲਿਖੀ ਨਹੀਂ ਅੱਖਰ ਤੂੰ ਲਿਖ ਨਹੀਂ ਸਕਦੀ ਅਖਬਾਰ ਤੂੰ ਪੜ੍ਹ ਨਹੀਂ ਸਕਦੀ ਤਾਂ ਮਾਈ ਨੇ ਕਿਹਾ ਕਹਿਣ ਲੱਗੀ ਪੁੱਤ ਜਦੋਂ ਪਾਕਿਸਤਾਨ ਤੋਂ ਆਈ ਸੀ ਉਹ ਮਾਈ ਕਹਿਣ ਲੱਗੀ ਛੋਟੀ ਹੁੰਨੀ ਸੀ ਗੁਰਦੁਆਰਾ ਸਾਹਿਬ ਜਾਣੀ ਸੀ ਉਦੋਂ ਤੋਂ ਹੀ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਾਨੂੰ ਰੋਜ਼ ਇੱਕ ਪੰਗਤੀ ਯਾਦ ਕਰਵਾਉਂਦੇ ਸਨ ਪੁੱਤਰ ਇੱਕ ਇੱਕ ਪੰਕਤੀ ਯਾਦ ਕਰਦੇ ਆ ਮੈਨੂੰ ਸਾਰੀ ਬਾਣੀ ਯਾਦ ਹੋ ਗਈ ਅੱਜ ਕਿ ਆਖੋ ਵਾਹਿਗੁਰੂ ਵਾਹਿਗੁਰੂ ਤੇ ਮਹਾਰਾਜ ਕੀ ਕਹਿ ਰਹੇ ਹੋਏ ਸਿੱਖ ਜਪ ਕੰਠ ਨਾ ਕੀਨੋ ਨਾਉ ਧਰੀਕ ਵੇਖ ਧਰ ਲੈਨੋ ਸਿੱਖ ਹੋਵੇ ਜਪਦੀ ਸਾਹਿਬ ਕੰਠ ਹੀ ਨਾ ਹੋਵੇ ਉਹ ਨਾਮ ਧਰੀਕ ਹੈ ਏ ਉਸ ਅਨਪੜ ਮਾਤਾ ਦਾ ਬਚਨ ਦਾਸ ਨੇ ਤਾ ਤੁਹਾਨੂੰ ਸੁਣਾਇਆ ਕੋਈ ਇਹ ਕਹਿ ਕੇ ਪੱਲਾ ਨਾ ਝਾੜ ਦੇਵੇ ਵੀ ਮੈਂ ਪੜਿਆ ਲਿਖਿਆ ਨਹੀਂ ਆ ਨਹੀਂ ਤੇ ਕਿਸੇ ਨੂੰ ਕਹੋ ਉਹ ਕੰਠ ਕਰਾ ਦੇ ਇੱਥੇ ਪੜ੍ਹੇ ਲਿਖੇ ਜਾਂ ਅਨਪੜ ਦੀ ਗੱਲ ਨਹੀਂ ਹੈ ਇੱਥੇ ਸਿੱਖ ਦੀ ਗੱਲ ਹੈ ਕਿਸੇ ਨੂੰ ਕਹੋ ਉਹ ਕੰਠ ਕਰਾ ਦੇ ਪਰ ਕੰਠ ਕਰ ਲੋ ਹਾਂਜੀ ਇਸਤੇ ਔਰ ਨ ਕੋ ਵਿਧ ਉੱਚੀ ਮਹਾਰਾਜ ਕਹਿਣ ਲੱਗੇ ਇਹਰੇ ਤੋਂ ਉੱਚੀ ਹੋਰ ਕੋਈ ਵੀ ਵਿਧੀ ਨਹੀਂ ਹੈ ਜਪ ਸੇਵਨ ਇਕ ਮਨ ਹੋਏ ਸੂਚੀ ਜਪ ਜੀ ਦੇ ਸੇਵਨ ਕਰਨ ਨਾਲ ਇਕ ਮਨ ਇਕ ਚਿੱਤ ਹੋ ਕੇ ਸ਼ਰੀਰ ਤੇ ਮਨ ਦੋਵੇਂ ਪਵਿੱਤਰ ਹੋ ਜਾਂਦੇ ਹੈ ਕਾਮ ਤੇਨ ਚਿੰਤਾ ਮਨ ਸੁਰਤਰ ਹੁਣ ਤਿੰਨ ਚੀਜ਼ਾਂ ਨੂੰ ਬੜਾ ਉੱਚਾ ਮੰਨਦੇ ਐ ਕਾਮ ਤੈਨੂੰ ਗਾਂ ਕਹਿੰਦੇ ਸਵਰਗ ਵਿੱਚ ਕਾਮ ਤੈਨੂੰ ਗਾਂ ਸੀ ਫਿਰ ਕਈ ਕਹਿੰਦੇ ਐ ਕੀਏ ਰਿਸ਼ੀ ਕੋਲ ਵੀ ਸੀ ਕਪਲ ਮੁਨੀ ਕੋਲ ਤੇ ਕਾਮ ਤੈਨੂੰ ਗਾਂ ਜਿਹਦੇ ਕੋਲ ਹੋਵੇ ਉਹ ਜੋ ਚਾਵੇ ਕਾਮ ਤੈਨੂੰ ਗਾਂ ਦਈ ਜਾਂਦੀ ਕਾਮਨਾ ਪੂਰੀ ਕਰਨ ਵਾਲੀ ਗਾਂ ਚਿੰਤਾ ਮਣੀ ਜਿਹਦੇ ਕੋਲ ਹੋਵੇ ਕਹਿੰਦੇ ਉਹਨੂੰ ساری ਜ਼ਿੰਦਗੀ ਚਿੰਤਾ ਹੀ ਨਹੀਂ ਲੱਗਦੀ ਕੋਈ ਤੇ ਸੁਰਤਰ ਵੈਗੁਰੂ ਸੁਰਤਰ ਕਲਪ ਬ੍ਰਿਛ ਦਾ ਨਾਮ ਹੈ ਕਹਿੰਦੇ ਆ ਇਹ ਤਿੰਨ ਚੀਜ਼ਾਂ ਹਨ ਜਿਹੜੀਆਂ ਕਰ ਨਾ ਸਕੇ ਆਦ ਤਿਲ ਸਮ ਅਸਰ ਕਲਪ ਬ੍ਰਿਖ ਬਾਰੇ ਮੰਨਦੇ ਐ ਜੋ ਕੋਈ ਉਹਦੇ ਹੇਠਾਂ ਬੈਠ ਕੇ ਮੰਗ ਲਵੇ ਉਹ ਪੂਰਾ ਹੋ ਜਾਂਦਾ ਕਲਪ ਬ੍ਰਿਖ ਦੇ ਕਾਮ ਤੈਨੂੰ ਗਾਂ ਚਿੰਤਾ ਮਣੀ ਤੇ ਕਲਪ ਰੋਖ ਹੈ ਨਾ ਜਿਹੜਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹ ਜਪਜੀ ਸਾਹਿਬ ਦੀ ਇੱਕ ਤਿਲ ਜਿੰਨੀ ਵੀ ਬਰਾਬਰੀ ਨਹੀਂ ਕਰ ਸਕਦੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਜਪਜੀ ਦੇ ਪਾਠ ਦੀ ਉਹ ਇੱਕ ਤਿਲ ਜਿੰਨੀ ਵੀ ਬਰਾਬਰੀ ਨਹੀਂ ਕਰ ਸਕਦੇ ਤਿਲ ਛੋਟਾ ਰਿਹਾ ਹੈ ਸੰਗਤ ਜੀ ਕਿੰਨਾ ਵੱਡਾ ਜਪਜੀ ਸਾਹਿਬ ਦਾ ਪਾਠ ਹੈ ਕਿੰਨੀ ਵੱਡੀ ਮਹਿਮਾ ਹੈ ਜਪਜੀ ਸਾਹਿਬ ਦੇ ਪਾਠ ਦੀ ਹਾਂ ਜੀ ਦੁਹਰਾ ਮਹਿਮਾ ਵਰਨੀ ਅਲਪ ਮੈਂ ਕਹਿ ਨਾ ਜਾਏ ਮਤ ਮੰਦ ਕਵੀ ਸੰਤੋਖ ਸਿੰਘ ਕਹਿੰਦੇ ਐ ਸੰਗਤ ਜੀ ਤੁਹਾਨੂੰ ਜਿਹੜੀ ਮੈਂ ਜਪਜੀ ਸਾਹਿਬ ਦੀ ਮਹਿਮਾ ਦੱਸੀ ਐ ਇਹ ਬੜੀ ਥੋੜੀ ਆਖੀ ਕਿਉਂਕਿ ਮੈਂ ਮੂਰਖ ਹਾਂ ਕਹਿਣ ਲੱਗੇ ਮੈਂ ਥੋੜੀ ਬੁੱਧੀ ਵਾਲਾ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਤੇ ਜਪ ਦੀ ਮਹਿਮਾ ਬੜੀ ਕੀਤੀ ਐ ਪਰ ਮੈਂ ਪੂਰੀ ਨਹੀਂ ਕਹਿ ਪਾਇਆ ਊਚ ਅਗਾਧ ਅਕਥ ਹੈ ਜੋ ਜਪੁਜੀ ਸੁਖ ਕੰਦ ਜਪਜੀ ਸੁਖਾਂ ਦਾ ਕੰਦ ਸੁਖਾਂ ਦਾ ਦਾਤਾ ਹੈ ਜਪਜੀ ਦੇ ਪਾਣੀ ਜਪਜੀ ਦਾ ਪਾਠ ਊਚ ਹੈ ਅਗਾਧ ਹੈ ਅਕਥ ਹੈ ਇਹਦੀ ਮਹਿਮਾ ਚੌਪਈ ਮਨ ਮੂਰਖ ਨਿਤ ਪ੍ਰਤ ਜਪ ਸੇਵ ਹੁਣ ਕਵੀ ਸੰਤੋਖ ਸਿੰਘ ਆਪਣੇ ਆਪ ਤੇ ਗੱਲ ਲਾ ਕੇ ਸਾਨੂੰ ਦੱਸ ਰਿਹਾ ਹੈ ਕੀ ਕਹਿੰਦੇ ਆ ਮਨ ਮੂਰਖ ਨਿਤ ਪ੍ਰਤ ਜਪ ਸੇਵ हे ਮੇਰੇ ਮੂਰਖ ਮਨਾ ਸਦਾ ਜਪਜੀ ਸਾਹਿਬ ਦਾ ਸੇਵਨ ਕਰ ਪਾਪ ਪਾਠ ਕਰਿਆ ਕਰ ਜਿਹ ਕੋ ਚਾਹੈ ਮਨ ਜਨ ਦੇਵ ਅਸਲ ਵਿੱਚ ਮੁਨੀ ਜਨ ਦੇਵ ਤੇ ਵੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਚਾਹੁੰਦੇ ਹਨ ਸੁਖ ਪ੍ਰਾਪਤ ਕਰਨਾ ਚਾਹੁੰਦੇ ਹਨ ਹਾਂਜੀ ਕੀਤ ਬਿਦ ਹੋ ਵਹ ਮਾਨੁਖ ਦੇਹੀ ਉਹ ਵੀ ਚਾਹੁੰਦੇ ਐ ਦੇਵਤੇ ਵੀ ਚਾਹੁੰਦੇ ਐ ਕੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਵੇ ਇਸ ਦੇਹੀ ਕੋ ਤਰਸ ਹੈ ਦੇਵ ਹਾਂ ਜੀ ਸ੍ਰੀ ਨਾਨਕ ਸਿੱਖੀ ਮਗਲੇਹੀ ਸਿਮਰਦੇ ਆ ਦੇਵਤੇ ਵੀ ਸਿਮਰਦੇ ਆ ਇਸ ਦੇਹੀ ਕੋ ਸਿਮਰਹ ਦੇਵ ਦੇਵਤੇ ਸਿਮਰਦੇ ਆ ਸਾਨੂੰ ਮਨੁੱਖਾ ਸਰੀਰ ਮਿਲੇ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖੀ ਦਾ ਰਸਤਾ ਜਿਹੜਾ ਹੈ ਉਸ ਨੂੰ ਅਪਣਾਈਏ ਜਪੁਜੀ ਸੇਵ ਕਟਹਿ ਜਮ ਫਾਸੀ ਤੇ ਸਾਧ ਸੰਗਤ ਉਹ ਵੀ ਜਪਜੀ ਦਾ ਪਾਠ ਕਰਨਾ ਚਾਹੁੰਦੇ ਆਏ ਹੈ ਮੂਰਖ ਮਦਾ ਜਪਜੀ ਦਾ ਸੇਵਨ ਕਰਨ ਵਾਲੇ ਦੀ ਜਮਾ ਦੀ ਫਾਹੀ ਕੱਟੀ ਜਾਂਦੀ ਹੈ ਜਮਾ ਦੇ ਰਸਤੇ ਤੇ ਨਹੀਂ ਪੈਂਦਾ ਜਿਹੜਾ ਆਪਣੇ ਮੁਖ ਤੋਂ ਹਰ ਰੋਜ਼ ਜਪ ਜੀ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ ਬਹੁਰ ਮਿਲਹਿ ਪਦਵੀ ਅਬਿਨਾਸੀ ਫਿਰ ਕੱਲਾ ਇਹ ਹੋਈ ਨਹੀਂ ਹੈ ਬਾਅਦ ਵਿੱਚ ਮਨੁੱਖਾ ਉਸ ਮਨੁੱਖ ਨੂੰ ਵੀ ਅਬਿਨਾਸੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਪ ਜੀ ਦਾ ਸੇਵਨ ਕਰਕੇ ਇਸੇ ਕਰਕੇ ਗੁਰਮੁਖ ਜਾਪ ਕਰਦੇ ਆ ਇੱਕ ਥਾਂ ਤੇ ਬੈਠ ਕੇ ਸਭਾ ਸਭਾ ਲੱਖ ਪਾਠ ਕਰ ਲੈਂਦੇ ਆ ਜਪਜੀ ਸਾਹਿਬ ਦਾ ਹਾਂਜੀ ਆਸ ਸੰਜੋਗ ਚਹਤ ਹੈ ਸੋਈ ਤੁਮ ਕਉ ਤਉ ਸਭ ਪ੍ਰਾਪਤ ਹੋਈ ਕਹਿੰਦੇ ਐਸਾ ਸੰਜੋਗ ਤਾਂ ਦੇਵਤੇ ਵੀ ਚਾਹੁੰਦੇ ਆ ਕੀ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਵੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਧਾਰਨ ਕਰੀਏ ਅਸੀਂ ਜਪਜੀਤ ਦੀ ਬਾਣੀ ਦਾ ਪਾਠ ਕਰੀਏ ਇਹਨੂੰ ਸੰਜੋਗ ਕਹਿੰਦੇ ਐ ਐਸਾ ਸੰਜੋਗ ਤਾਂ ਦੇਵਤੇ ਵੀ ਚਾਉਂਦੇ ਐ ਕਹਿੰਦੇ ਐ हे ਮੇਰੇ ਮਨਾ ਤੈਨੂੰ ਤੇ ਇਹ ਸੰਜੋਗ ਕੁਦਰਤੀ ਪ੍ਰਾਪਤ ਹੋਇਆ ਵੇਖ تیر ਕੋ ਮਨੁੱਖਾ ਸ਼ਰੀਰ ਵੀ ਗੈ ਵੇਖ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਜਨਮ ਲਿਆ ਤੇ ਤੂੰ ਫਿਰ ਜਪਜੀ ਸਾਹਿਬ ਨੂੰ ਕਿਉਂ ਨਹੀਂ ਪੜਦਾ ਜਪਜੀ ਦਾ ਸੇਵਨ ਕਿਉਂ ਨਹੀਂ ਕਰਦਾ ਬਾਰ-ਬਾਰ ਕੀ ਕਹਾਂ ਬਣਾਈ ਕਵੀ ਸੰਤੋਖ ਸਿੰਘ ਕਹਿੰਦੇ ਮੈਂ ਬਾਰ-ਬਾਰ ਕੀ ਤੁਹਾਨੂੰ ਇੱਕ ਗੱਲ ਬਣਾ ਬਣਾ ਕੇ ਕਹਾਂ ਹੋਵੇ ਅਬ ਅੰਤ ਸਮਾ ਦੁਖਦਾਈ ਕਹਿਣ ਲੱਗੇ ਹੋਵੇ ਅਬ ਅੰਤ ਸਮਾ ਦੁਖਦਾਈ ਭਾਈ ਜਦੋਂ ਅੰਤ ਸਮਾ ਦੁਖਦਾਈ ਆਉਂਦਾ ਹੈ ਤੇਹ ਛਿਨ ਪਛੋਤਾ ਵਹਿ ਮਲ ਹੱਥ ਤੇ ਜਪਜੀ ਸਾਹਿਬ ਦਾ ਪਾਠ ਨਹੀਂ ਨਾ ਕੀਤਾ ਤੇ ਜਦੋਂ ਅੰਤਮ ਸਮਾਂ ਜ਼ਿੰਦਗੀ ਦਾ ਆਏਗਾ ਉਦੋਂ ਪਤਾ ਲੱਗੇਗਾ ਹੱਥ ਮਲ ਮਲ ਕੇ ਪਛਤਾਵੇਂਗਾ ਹਮ ਕਿਉ ਖੋਇਓ ਹਮ ਕਿਉ ਖੋਇਓ ਜਨਮ ਅਕਾਥਾ ਕਿ ਮੈਂ ਕਿਉ ਆਪਣਾ ਜਨਮ ਵਿਅਰਥ ਹੀ ਗਵਾ ਦਿੱਤਾ ਮੈਂ ਕਿਉ ਨਹੀਂ ਜਪਜੀ ਦਾ ਪਾਠ ਜਿਹੜਾ ਉਹ ਕਿਉਂ ਨਹੀਂ ਕੀਤਾ ਨਰਤਨ ਦੁਰਲਭ ਇਕ ਇਹ ਪਾਇਓ ਇਕ ਤਾਂ ਭਾਈ ਮਨੁੱਖਾ ਸ਼ਰੀਰ ਬੜਾ ਦੁਰਲਭ ਹੈ ਉਹਨਾਂ ਜੀਵਾਂ ਕੋਲੋਂ ਪੁੱਛੋ ਪਛੂਆਂ ਕੋਲੋਂ ਪੁੱਛੋ ਜਿਨ੍ਹਾਂ ਕੋ ਮਨੁੱਖਾ ਸ਼ਰੀਰ ਨਹੀਂ ਹੈ ਅੱਜ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਤਿਗੁਰੂ ਜੀ ਦੇ ਦਰਬਾਰ ਦੇ ਦਰਸ਼ਨ ਕਰਕੇ ਆ ਰਹੇ ਸਾਂ ਤੇ ਰਸਤੇ ਵਿੱਚ ਵੇਖਿਆ ਸਾਧ ਸੰਗਤ ਜੀ ਇੱਕ ਥੇਨਗਾ ਜਿਹੜੀ ਦੁੱਧ ਨਹੀਂ ਸੀ ਦਿੰਦੀ ਤੇ ਐਵੇਂ ਹੀ ਛੱਡੀ ਸੀ ਤੇਰੇ ਮੱਥੇ ਤੇ ਖਾਰਸ਼ ਹੋ ਰਹੀ ਸੀ ਉਹ ਇੱਕ ਖੰਭੇ ਦੇ ਨਾਲ ਆਪਣੇ ਮੱਥੇ ਨੂੰ ਬਾਰ-ਬਾਰ ਲਾ ਰਹੀ ਸੀ ਤੇ ਖਾਰਸ਼ ਕਰ ਰਹੀ ਸੀ ਕੇਵਲ ਇੰਨਾ ਕੰਮ ਹੀ ਨਹੀਂ ਕੀਤਾ ਜਾਂਦਾ ਤੇ ਮਨੁੱਖਾ ਸਰੀਰ ਦੀ ਕਿੰਨੀ ਵੱਡੀ ਮਹਿਮਾ ਹੈ ਕਹਿਣ ਲੱਗੇ ਇੱਕ ਤਾਂ ਤੁਹਾਨੂੰ ਇੰਨਾ ਕੀਮਤੀ ਮਨੁੱਖਾ ਸਰੀਰ ਮਿਲਿਆ ਹੈ ਪੁੰਨ ਸਤਗੁਰ ਸਿੱਖ ਬੇਖ ਬਖਨ ਬਨਾਇਓ ਉਪਰੋਂ ਤੁਸੀਂ ਗੁਰੂ ਦੇ ਸਿੱਖ ਹੋ ਗੁਰੂ ਦੇ ਸਿੱਖਾਂ ਵਾਲਾ ਭੇਖ ਪਹਿਨਿਆ ਹੈ ਹਾਂਜੀ ਤੀਜਾ ਕਲਯੁਗ ਕੋ ਹੈ ਕਾਲਾ ਤੀਜਾ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਹਾਂਜੀ ਥੋੜੀ ਸੇਵਾ ਮਹਿ ਹੋਏ ਦਿਆਲਾ ਜਿਸ ਵਿੱਚ ਕੋਈ ਸੇਵਾ ਥੋੜੀ ਵੀ ਕਰੇ ਤੇ ਮਹਾਰਾਜ ਜਿਆਦਾ ਦਿਆਲੂ ਹੋ ਜਾਂਦੇ ਐ ਜਿਆਦਾ ਕਿਰਪਾਲੂ ਹੋ ਜਾਂਦੇ ਐ ਹਾਂਜੀ ਐਸ ਸਮੇ ਤੇ ਜੋ ਚੁੱਕ ਜਾਈ ਭਾਈ ਐਸੋ ਸਮੇ ਵਿੱਚ ਵੀ ਜੇ ਕਿਸੇ ਕੋਲੋਂ ਭੁੱਲ ਹੋ ਜਾਵੇ ਹਾਂਜੀ ਛੜ ਕਰ ਮੇਰ ਰਸਾ ਤਲ ਪਾਈ ਤੇ ਮਨ ਉਹਦੀ ਅਵਸਥਾ ਪਤਾ ਕੀ ਐ ਸੁਮੇਰ ਪਰਬਤ ਤੇ ਬੰਦਾ ਚੜ ਜਾਵੇ ਐ ਉੱਪਰ ਸਭ ਤੋਂ ਉੱਪਰਲੀ ਚੋਟੀ ਤੇ ਉੱਥੋਂ ਛਾਲ ਮਾਰ ਕੇ ਡਿੱਗੇ ਤੇ ਆਪਣੀ ਹਤਿਆ ਕਰ ਲੈ ਏਡੀ ਵੱਡੀ ਮੂਰਖਤਾ ਦੇ ਬਰਾਬਰ ਹੈ ਮਨੁੱਖਾ ਸ਼ਰੀਰ ਹੋਵੇ ਗੁਰੂ ਨਾਨਕ ਦੀ ਸਿੱਖੀ ਹੋਵੇ ਕਲਯੁਗ ਦਾ ਸਮਾਂ ਹੋਵੇ ਫਿਰ ਵੀ ਜਪਜੀ ਨਾ ਪੜੇ ਹਾਂਜੀ ਜਪੁਜੀ ਕੰਠ ਨਰਤਾ ਪ੍ਰਤ ਰਟ ਹਾਂਜੀ ਜਨਮ ਜਨਮ ਕੇ ਕਲਮਲ ਕਟ ਸੋ ਭਾਈ ਜਿਨਾਂ ਨੂੰ ਜਪਜੀ ਦਾ ਪਾਠ ਕੰਠ ਹੈ ਇਹ ਨਿਰੇ ਕੰਠ ਨਹੀਂ ਗੱਲ ਨਹੀਂ ਬਣਨੀ ਕਈਆਂ ਨੂੰ ਯਾਦ ਤੇ ਹੁੰਦਾ ਪਰ ਪੜਦੇ ਨਹੀਂ ਕੰਠ ਹੈ ਤੇ ਜਿਹੜੇ ਰੋਜ਼ ਪਾਠ ਕਰਦੇ ਹਨ ਉਹਨਾਂ ਦੀ ਫਿਰ ਜਨਮ ਜਨਮ ਦੀ ਮੈਲ ਕੱਟੀ ਜਾਂਦੀ ਹੈ ਜਨਮਾਂ ਜਨਮਾਂ ਅੰਤਰਾਂ ਦੇ ਕੀਤੇ ਹੋਏ ਪਾਪ ਜੇ ਕੋਈ ਕੱਟਣ ਵਿੱਚ ਸਮਰੱਥ ਹੈ ਤਾਂ ਉਹ ਫਿਰ ਗੁਰੂ ਦੀ ਬਾਣੀ ਹੈ ਸਨ ਸਨ ਮਨ ਨਿਰਮਲ ਹੋਏ ਹੌਲੀ ਹੌਲੀ ਜਪਜੀ ਦਾ ਪਾਠ ਕਰਦੇ ਆਂ ਮਨ ਨਿਰਮਲ ਹੁੰਦਾ ਮੈਂ ਵੇਖਿਆ ਬੜੇ ਬੜੇ ਝਗੜਾਲੂ ਪੁਰਸ਼ ਬੜੇ ਬੜੇ ਖੂਖਾਰ ਪੁਰਸ਼ ਜਦੋਂ ਜਪਜੀ ਦੇ ਪਾਠ ਦੇ ਅਭਿਆਸ ਵਿੱਚ ਲੱਗ ਜਾਂਦੇ ਐ ਹੌਲੀ ਹੌਲੀ ਸਾਧੂ ਮਹਾਤਮਾ ਬਣ ਜਾਂਦੇ ਇੱਕ ਪ੍ਰਮਾਣ ਨਹੀਂ ਹੈ ਗ੍ਰੰਥ ਭਰੇ ਪਏ ਐ ਪ੍ਰਮਾਣਾਂ ਨਾਲ ਹਾਂਜੀ ਗਤ ਪਾਵਹਿ ਭਵ ਬੰਧਨ ਖੋਏ ਫਿਰ ਮੁਕਤੀ ਮਿਲਦੀ ਐ ਦੁਨਿਆਵੀ ਬੰਧਨ ਵੀ ਦੂਰ ਹੁੰਦੇ ਐ ਸ਼ਬਦ ਅਭਿਆਸ ਕੀ ਉਹ ਨਰ ਜਾਹੀ ਰਾਹਿਓ ਨਾ ਕਰਨੋ ਕਰਿਤ ਕਾਛ ਤਾਹੀ ਬਸ ਜਿਨੇ ਸ਼ਬਦ ਦਾ ਅਭਿਆਸ ਕਰ ਲਿਆ ਕੋਈ ਕੰਮ ਐਸਾ ਨਹੀਂ ਰਿਹਾ ਜਿਹੜਾ ਉਹਨੇ ਨਹੀਂ ਕੀਤਾ ਭਾਵ ਇੱਕ ਕੰਮ ਕਰ ਲੋ ਸਾਰੇ ਹੀ ਹੋ ਜਾਣਗੇ ਜਪਜੀ ਦਾ ਪਾਠ ਕਰ ਲੋ ਅਭਿਆਸ ਕਰ ਲੋ ਕੰਠ ਕਰ ਲੋ ਬੜੇ ਬੜੇ ਖੁੰਖਾਰ ਡਾਕੂ ਸਾਧ ਸੰਗਤ ਜੀ ਸਾਡੇ ਤਰਨ ਤਾਰਨ ਦੇ ਨੇੜੇ ਮਹਾਪੁਰਖਾ ਵਾਹਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਸਿੱਖਾਂ ਦਾ ਸਥਾਨ ਹੈ ਸੰਮਣ ਤੇ ਮੂਸਣ ਜੀ ਦਾ ਸ਼ਬਾਦਪੁਰ ਵਿੱਚ ਉੱਥੇ ਡਾਕੂ ਸੀ ਬੜਾ ਵੱਡਾ ਉਸ ਸਮੇਂ ਪ੍ਰਾਣਾ ਉੱਥੇ ਇੱਕ ਗੁਰਮੁਖ ਪਿਆਰੇ ਮਹਾਤਮਾ ਰਹਿੰਦੇ ਸਨ ਡਾਕੂ ਲੁੱਟਣ ਵਾਸਤੇ ਆਇਆ ਉਹ ਜਪਜੀ ਸਾਹਿਬ ਦੇ ਅਭਿਆਸੀ ਸਨ ਤੇ ਜਦੋਂ ਲੁੱਟਣ ਆਇਆ ਉਹ ਕਹਿੰਦੇ ਲੈ ਜਾ ਲੈ ਜਾ ਸਾਰਾ ਕੁਝ ਹੀ ਲੈ ਜਾ ਉਹ ਕਹਿਣ ਲੱਗਾ ਤੁਹਾਨੂੰ ਮੈਥੋਂ ਡਰ ਨਹੀਂ ਲੱਗਦਾ ਉਹ ਕਹਿੰਦੇ ਕਾਹਦਾ ਡਰ ਲੱਗਣਾ ਸਗੋ ਤੂੰ ਸਾਡਾ ਕੰਮ ਸੌਖਾ ਕਰਨਿਆ ਹੀ ਬਣਾ ਕੇ ਸ਼ਿਕਾਉਣਾ ਹੀ ਤੂੰ ਆਪੇ ਇੰਜ ਆਪੇ ਬਣਾ ਕੇ ਛਕ ਲੇਗਾ ਪਦਾਰਥ ਸਾਰੇ ਪਤਾ ਨਹੀਂ ਹੋਰੇ ਮਨ ਤੇ ਕੀ ਮਿਹਰ ਪਈ ਉਹ ਚਰਣੀ ਟੈ ਪਿਆ ਮਹਾਪੁਰਖ ਕਹਿੰਦੇ ਚਰਣੀ ਟੈਣ ਦੀ ਗੱਲ ਨਹੀਂ ਬਣਨੀ ਆ ਲੈ ਗੁਟਕਾ ਸਾਹਿਬ ਤੇ ਜਪਜੀ ਦਾ ਅਭਿਆਸ ਕਰਿਆ ਕਰ ਉਹ ਜਪਜੀ ਸਾਹਿਬ ਦਾ ਅਭਿਆਸ ਕਰਨ ਲੱਗ ਪਿਆ ਉੱਥੇ ਜੰਗ ਲੱਗ ਗਿਆ ਉਹਦੀ ਬੰਦੂਕ ਨੂੰ ਸਾਰੀ ਉਮਰ ਜਪਜੀ ਪੜ੍ਹਦਾ ਰਿਹਾ ਤੇ ਆਪ ਵੀ ਮਹਾਪੁਰਖ ਹੀ ਬਣ ਗਿਆ ਜੀ। ਪਾਪ ਕੱਟੇ ਜਾਂਦੇ ਐ। ਪਾਪ ਖੜਾ ਨੀਤੇ ਛੱਡ ਦੇ ਇਹਨੂੰ ਕੱਟ ਸਕਦੀ ਤੇ ਗੁਰੂ ਦੀ ਬਾਣੀ ਕੱਟ ਸਕਦੀ ਹੈ। ਸੋ ਗੁਰੂ ਨਾਨਕ ਸਾਹਿਬ ਜੀ ਨੇ ਸਿਫਤ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਐ ਜਪਤੀ ਸਾਹਿਬ ਦਾ ਪਾਠ ਹੈ ਜਿਹੜੇ ਪਾਪ ਕੱਟੇ ਜਾਂਦੇ ਆ ਜਿਹਦੇ ਨਾਲ ਸੋ ਕਰਿਆ ਕਰੋ ਵੱਧ ਤੋਂ ਵੱਧ ਜਿਹੜੇ ਇੱਕ ਕਰਦੇ ਆ ਉਹ ਦੋ ਸ਼ੁਰੂ ਕਰੋ ਪਾਠ ਜਿਹੜੇ ਦੋ ਕਰਦੇ ਉਹ ਪੰਜ ਕਰਿਆ ਕਰੋ ਜਿਹੜੇ ਪੰਜ ਕਰਦੇ ਉਹ ਵੱਧ ਕਰੋ ਜਿਹੜੇ ਵੱਧ ਕਰਦੇ ਹੋਰੇ ਤੋਂ ਵੀ ਵੱਧ ਕਰੋ ਆਪੇ ਗੁਰੂ ਦੀ ਮਿਹਰ ਹੋ ਜਾਂਦੀ ਮੈਂ ਮਹਿਸੂਸ ਕੀਤਾ ਇੱਥੇ ਵਿਦਿਆਰਥੀ ਆਉਂਦੇ ਆ ਬੱਚੇ ਆਉਂਦੇ ਆ ਪੜ੍ਹਨ ਵਾਸਤੇ ਜਿਹੜੇ ਬੜੇ ਕਰੋਧੀ ਤੇ ਝਗੜਾਲੂ ਹੁੰਦੇ ਆ ਉਹ ਜਪਜੀ ਸਾਹਿਬ ਦਾ ਪਾਠ ਕਰਕੇ ਐ ਨਿਮਰਤਾ ਵਿੱਚ ਆਉਣਾ ਹੌਲੀ ਹੌਲੀ ਸ਼ੁਰੂ ਹੋ ਜਾਂਦੀ ਹੈ ਤੁਹਾ ਮਾਰਾ ਦੇ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨੀ ਪਿਆਰ ਸਤਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ